खड़ जा तू, आई नहीं लौट, खड़ जा नहीं तू, भारती थी, खड़ जा थी, खड़ जा, खड़ जा, खड़ जो, खड़ जो, खड़ जा, आई नहीं लौट आऊंगी है। ਜਸਪ੍ਰੀਤ ਪੁੱਤਾ। ਹਾਂ ਬੇਬੇ। ਮੈਂ ਪਾਥੀਆਂ ਥੱਲੇ ਆ ਜਾਂਗਾ, ਇਤਨੇ ਤੋਂ ਝਾੜੂ ਕੱਢ ਲੈ। ਕੋਈ ਨੀ ਬੇਬੇ, ਤੂੰ ਕਿੱਥੇ ਜਾਵੇਂਗੀ, ਮੈਂ ਥੱਲੇ ਆਉਂਗੀ। ਕੋਈ ਨੀ, ਮੈਂ ਥੱਲੇ ਆਉਣੀ ਆ, ਹੁਣ ਧੁੱਪ ਜੀ ਨਿਕਲੀ ਆ, ਧੁੱਪ ਲੱਗ ਜੂਗੀ। ਤੂੰ ਸੰਭਰ ਲੈ ਇਤਨੇ, ਤੈਨੂੰ ਔਖੀ ਕੰਮ ਬਥੇਰੇ ਨੇ। ਤੂੰ ਬੇਬੇ ਨੂੰ ਬਥੇਰਾ ਕਹਿੰਦਾ ਵੀ ਤੂੰ ਆਰਾਮ ਕਰ ਲੈ, ਆਰਾਮ ਕਰ ਲੈ, ਕਾਹਨੂੰ ਹਟਦੀ ਐ। ਚੱਲ ਥੱਲੇ ਆਉਣ ਦੇ, ਬਸ ਕੱਪੜੇ ਹੋਣ ਵਾਲੇ ਆ ਮਸ਼ੀਨ ਚ, ਝਾੜੂ ਮਾਰ ਦਿੰਦੇ ਆ, ਫਿਰ ਕੱਪੜੇ ਕੱਟ ਲਾਂਗੇ। ਇਹ ਤੋਂ ਕਾਹਤੋਂ ਰਿਹਾ ਜਾਂਦਾ ਕੰਮ ਕਰੇ ਬਿਨਾ, ਪੁਰਾਣੀਆਂ ਬੁੜੀਆਂ ਤੋਂ ਜਿਹਨੇ ਕੰਮ ਕਰਿਆ ਹੋਵੇ ਉਹ ਤੋਂ ਕਿੱਥੇ ਰਿਹਾ ਜਾਂਦਾ। ਇੰਨੀ ਉਮਰ ਹੋਈ ਪਈ ਤਾਂ ਵੀ ਨਹੀਂ ਟਿਕਦੀ ਹੈਗੀ। ਚੱਲ ਨਾਲੇ ਹੱਡ ਪੈਰ ਚੱਲਦੇ ਰਹਿੰਦੇ ਨੇ, ਨਹੀਂ ਫਿਰ ਬੈਠਿਆਂ ਦੇ ਹੱਡ ਗੋਡੇ ਵੀ ਜੁੜ ਜਾਂਦੇ ਨੇ। ਬੇਬੇ ਤਾਕੜੀ ਆ ਵਿਚਾਰੀ, ਜਿਹੜੀ ਇੰਨੀ ਉਮਰ ਚ ਕੰਮ ਕਰਾਉਂਦੀ ਫਿਰਦੀ ਆ ਮੇਰੇ ਨਾਲ। ਹੈ ਕਰਮਾਂ ਵਾਲੇ ਨੂੰ ਮਿਲਦੀਆਂ ਇਹੋ ਜਿਹੀਆਂ ਸੱਸਾਂ ਤਾਂ, ਨਹੀਂ ਅੱਧੀਆਂ ਬੁੜੀਆਂ ਤਾਂ ਨਾ ਆਈ ਕਹਿ ਦਿੰਦੀਆਂ ਵੀ ਨੂੰਹਾਂ ਤੋਂ ਕੰਮ ਕਰਾਈ ਚੱਲ ਸਾਰਾ ਦਿਨ, ਆਪ ਡੱਕਾ ਨਹੀਂ ਤੋੜਦੀਆਂ। ਇੰਨਾ ਰੇਤਾ ਪਤਾ ਨਹੀਂ ਕਿੱਥੋਂ ਆ ਜਾਂਦਾ ਰੋਜ਼। ਲੈ ਬੇਬੇ ਤਾਂ ਪਾਥੀਆਂ ਥੱਲਣ ਲੱਗ ਗਏ ਨੇ, ਮੈਂ ਭਾਂਡੇ ਮਾਂਜਦਾ, ਧੁੱਪ ਲੱਗ ਗਈ, ਚੱਲ ਸਾਰੀਆਂ ਚੱਕ ਦਿੰਦੀ ਆ। ਅੱਜ ਤਾਂ ਧੁੱਪ ਪੂਰੀ ਖਰੜੀ ਹੈ, ਸੰਭਰ ਨਾਲ ਹੋ ਰਿਹਾ ਬਾੜਾ, ਪੱਤੇ ਪੱਤੇ ਖਿੜ ਰਹੇ ਨੇ, ਹੋਰ ਇੰਨੇ ਨਾਲ ਜਵਾਕੜੀ ਨੂੰ ਸਹਾਰਾ ਹੋ ਜਾਂਦਾ, ਨਹੀਂ ਕੱਲੀ ਨੂੰ ਬਾਹਲਾ ਹੋ ਜਾਂਦਾ ਕੰਮ। ਜਸਪ੍ਰੀਤ ਕੀ ਕਰਦੀ ਪੁੱਤ? ਬੇਬੇ ਭਾਂਡੇ ਧੋ ਕੇ ਹਟੀਆਂ, ਬਸ ਭਾਂਡੇ ਧੋ ਕੇ ਹਟੀਆਂ। ਚੱਲ ਫਿਰ ਰੋਟੀ ਬਣਾ ਦੇ ਕੁਲਦੀਪ ਦੀ, ਸੇਵਕ ਲੈ ਜੂਗਾ। ਹੈਂ? ਹਾਂ ਬੇਬੇ, ਬਸ ਰੋਟੀ ਤਾਂ ਬਣੀ ਪਈ, ਪੈਕ ਕਰ ਦਿੰਦੀ ਹਾਂ ਮੈਂ। ਚੱਲ ਠੀਕ ਹੈ। ਹਾਂ ਨਾਲੇ ਉਹਨੂੰ ਫੋਨ ਕਰ ਦਿੰਦੇ ਵੀ ਭਾਈ ਜਦੋਂ ਜਾਵੇਂਗੇ ਨਾਲ, ਲੱਗਦਾ ਖੇਤਾਂ ਦਾ। ਹਾਂ ਸੇਵਕ ਜਾਂਦਾ ਹੁੰਦਾ ਇਸ ਵੇਲੇ, ਜਾਊਗਾ। ਕਹਿ ਦਾਂਗੇ ਵੀ ਨਾਲ ਰੋਟੀ ਲੈ ਜੀ ਭਾਈ। ਹਾਂ ਰੋਟੀ ਲੈ ਜਾਊਗਾ, ਤੂੰ ਬਣਾ ਦੇ ਚਰਖ ਦੇ ਨੇ ਬੰਨ ਤੇ ਉਹਦੀ ਰੋਟੀ। ਚੰਗਾ। ਹਾਂ ਹਾਂ ਹਾਂ, ਤੂੰ ਆਰਾਮ ਕਰ ਲੈਨੇ। ਚੱਲ ਕੋਈ ਨੀ, ਮੈਂ ਤਾਂ ਆਰਾਮ ਹੀ ਹੈ, ਆਰਾਮ ਹੀ ਕਰਦੀ ਹਾਂ, ਮੈਂ ਤਾਂ ਬੈਠੀ ਹਾਂ। ਰੋਟੀਆਂ ਤਾਂ ਵਾਧੂ ਪਈ। ਸਾਰੇ ਕੰਮ ਧੰਦੇ ਨਵੇੜੀ ਬੈਠੀ ਹੋ? ਹੈਂ? ਹੋਰ ਭੈਣੇ ਨਵੇੜੀ ਬੈਠੇ ਆ। ਚੱਲ ਵਧੀਆ, ਕੁਛ ਰਹਿੰਦੇ ਵੀ ਨੇ, ਕੁਛ ਨਵੇੜ ਵੀ ਲਈ ਬਹਿ ਜਾ। ਹੋਰ ਸੁਣਾ? ਠੀਕ ਹੈ ਵਧੀਆ, ਤੂੰ ਸੁਣਾ ਆਪਦੀ ਗੱਲ? ਬਸ ਵਧੀਆ ਭੈਣੇ। ਤੁਹਾਡਾ ਸੇਵਕ ਖੇਤ ਤਾਂ ਨਹੀਂ ਗਿਆ? ਨਾ, ਸਿਲੰਡਰ ਭਰਾਉਣ ਗਿਆ ਹੋਏਗਾ, ਆਉਣ ਵਾਲਾ। ਅੱਛਾ, ਸਿਲੰਡਰ ਭਰਾਉਣ ਵਗ ਗਿਆ ਤਾਂ ਹੀ ਟਾਈਮ ਲੱਗ ਗਿਆ। ਹਾਂ, ਨਹੀਂ ਤਾਂ ਇਸ ਵੇਲੇ ਨੂੰ ਵਗ ਜਾਂਦਾ ਉਹ, ਅਸੀਂ ਰੋਟੀ ਫੜਾਉਣੀ ਆ ਕੁਲਦੀਪ ਦੀ। ਅੱਛਾ ਅੱਛਾ, ਹਾਂ ਕੋਈ ਨੀ, ਲੈ ਜੂਗਾ, ਮੈਂ ਕਹਿ ਦੂੰਗੀ ਫਿਰ। ਹਾਂ ਲੈ ਜੂਗਾ, ਜਾਂਦਾ ਫਟ ਕੇ ਲੈ ਜੀ। ਚੰਗਾ, ਆਦੇ ਲੀੜੇ ਲੂੜੇ ਧੋਈ ਜਾਂਦੀ ਉਹ? ਹਾਂ ਲੀੜੇ ਧੋਈ ਜਾਂਦੇ, ਹੁਣ ਮਸ਼ੀਨ ਚ ਪਾਏ ਨੇ। ਅੱਛਾ, ਕੁਛ ਕੱਢਤੇ ਕੁਛ ਕੱਢਣ ਵਾਲੇ ਨੇ। ਚੱਲ ਵਧੀਆ। ਹਾਂ ਜਸਪ੍ਰੀਤ ਪੁੱਤ, ਮਸ਼ੀਨ ਘੁਮਾਈ ਮਾੜਾ ਜਾ, ਉਹ ਗੇੜਾ ਦੇ ਦੇਖ ਗੇੜਾ ਹੋ ਰਿਹਾ। ਸਤਿ ਸ੍ਰੀ ਅਕਾਲ ਪੁੱਤ, ਹੋਰ ਠੀਕ ਹੋ? ਹਾਂ ਠੀਕ ਹਾਂ ਵਧੀਆ। ਨਹੀਂ ਬੋਚ ਕੇ ਲਾਇਆ ਕਰ ਹੱਥ ਪੁੱਤ, ਕਰੰਟ ਵੀ ਆਉਂਦਾ ਇਹਦੇ ਚ। ਹਾਂ ਬੋਚ ਕੇ ਲਾਇਆ ਕਰ, ਬਸ ਆਹ ਤੁਹਾਡੀ ਤਾਂ ਪੁਰਾਣੀ ਜੀ ਮਸ਼ੀਨ ਹੈ ਨਾ। ਹਾਂ ਬਦਲਾਵਾਂਗੇ ਭੈਣੇ ਹੁਣ। ਅੱਛਾ ਅੱਛਾ, ਹਾਂ
ਚੱਲ ਹੁਣ ਕੋਈ ਚੱਲਦੇ ਵਧੀਆ ਹਜੇ, ਹਾਂ ਜਿੰਨੇ ਚਿਰ ਚੱਲਦੇ ਡੰਗਾ ਲਾਉਂਦੇ ਵਧੀਆ, ਚੱਲ ਠੀਕ ਹੈ। ਹੋਰ ਉੱਥੇ ਤਾਂ ਕੁਛ ਨੀ ਕੱਟਣਾ, ਇਹ ਤਾਂ ਫਿਰ ਨਹੀਂ ਕੱਟ ਹਾਂ ਲੈਣੇ ਤਾਂ ਫੁੱਟ ਚ। ਹੋਰ ਲਾਟੀ ਨੀ ਦਾ ਲਾਡੀ ਤੋਂ ਬਾਹਰ ਗਿਆ ਹੋਇਆ। ਅੱਛਾ, ਹਾਂ ਗੱਡੀ ਲੈ ਕੇ ਵਗ ਗਿਆ। ਹਾਂ ਉਹਦਾ ਅੱਛਾ ਗੇੜਾ ਆ ਗਿਆ ਸੀ। ਅੱਛਾ, ਦੂਰ ਗਿਆ ਹੋਊ ਹਨਾ। ਦੂਰ ਗਿਆ, ਤਾਂ ਹੀ ਤਾਂ ਤੁਹਾਡੇ ਸੇਵਕ ਨੂੰ ਆਖਿਆ ਰੋਟੀ ਨੂੰ, ਹਾਂ ਨਹੀਂ ਕਲਦੀਪ ਦੀ ਰੋਟੀ, ਨਹੀਂ ਲਾਡੀ ਫੜਾਇਆ ਆਉਂਦਾ। ਫੜਾਇਆ ਆਉਂਦਾ, ਭੱਜ ਕੇ ਨਹੀਂ ਹੋਰ ਜਾਣਾ ਨਾ, ਕੋਈ ਨਹੀਂ ਲਈ ਜੂਗਾ, ਮੈਂ ਕਹਿ ਦੂੰਗੀ। ਹਾਂ ਮੈਂ ਕਿਹਾ ਜਾਂਦਾ ਹੀ ਰਹਿੰਦਾ ਹਾਂ, ਰੋਟੀ ਆਉਣ ਵਾਲੇ ਵਾਲਾ। ਹੋਣਾ, ਹੋ ਗਿਆ ਘੰਟਾ ਸਾਰਾ ਗਏ ਨੂੰ। ਅੱਛਾ, ਹਾਂ ਕਹਿ ਘੰਟਾ ਦੂੰਗੀ। ਆਉਣ ਵਾਲਾ ਹੋਣਾ, ਲਾਡੀ ਨੂੰ ਤਾਂ ਭੈਣੇ ਫਿਰ ਆ ਰੌਲੇ ਜੇ ਕਰਕੇ ਵੱਧ ਲੱਗ ਗਏ ਨਾ, ਧਰਨੇ ਲੱਗ ਰਹੇ ਨੇ ਉੱਧਰ ਹਾਂ। ਦਿੱਲੀ, ਕਿੰਨਾ ਇਕੱਠ ਹੋ ਰਿਹਾ ਦੇਖ। ਹੋਰ ਭੈਣੇ, ਉਹ ਮੁੰਡਾ ਮਰ ਗਿਆ ਦੇ ਕੱਲ। ਹਾਂ ਨਹੀਂ ਕੱਲ ਉਹ ਮੁੰਡਾ ਦੀ ਤਾਂ ਬਾਲਾ ਮਾੜਾ ਕੰਮ ਹੋਇਆ ਹੋਰ ਭੈਣੇ, ਕੁੜੇ, ਉਹ ਤਾਂ ਪੁੱਛਣਾ। ਕੱਲਾ ਕੱਲਾ ਮੁੰਡਾ ਸੀ ਹੋਰ ਇਹ, ਕੱਲੇ ਜਵਾਕ ਤੇ, ਕਹਿੰਦੇ ਮਾਂ ਪਿਓ ਵੀ ਨਹੀਂ ਹੈਗੇ ਉਹਦੇ ਵਿਚਾਰੇ ਦੇ, ਬੂਮੈ ਮਰ ਭੈਣਾਂ ਜਾਣਾ। ਨੇ ਆਖੇ ਦੋ, ਓਹੋ, ਹੋਰ ਬਾਲਾ ਮਾੜਾ ਕੰਮ ਹੋਇਆ। ਖਬਰ ਹੈ ਕੀ ਕਰੂਗੀ ਗੌਰਮੈਂਟ, ਕਿਉਂ ਨਹੀਂ ਫੈਸਲਾ ਕਰਦੀ, ਉੱਥੇ ਕਿੰਨੀ ਕੁ ਹਾਂ ਦੁਨੀਆ ਨੂੰ ਮਰਵਾਉਣਗੇ, ਮਰਵਾਉਣਗੇ ਭੈਣੇ। ਤਾਂ ਹੀ ਤਾਂ ਕਹਿੰਦੇ ਆ ਹੋਰ ਧਰਨਾ ਤਾਂ ਕਹਿੰਦੇ ਨੇ ਬਾਲੀ ਭਾਰੀ ਲੱਗ ਰਿਹਾ, ਬਾਲਾ ਭਾਰੀ ਲੱਗ ਰਿਹਾ, ਹਜੇ ਤਾਂ ਜਾ ਹੀ ਆਉਂਦੇ ਟਰਾਲੀਆਂ ਭਰ ਭਰ। ਜਾਣੇ ਸੀ ਭੈਣੇ, ਫਿਰ ਹਾਂ ਤਿੰਨ ਤਿੰਨ ਹੋਰ ਕੀ ਚਾਰ ਕਰਨਾ, ਟਰਾਲੀਆਂ ਜਾਂਦੀਆਂ ਆਪਣੇ ਪਿੰਡੋਂ। ਹੋਰ ਕਿਸਾਨ ਕਰਨ ਕੀ, ਕਰਨ ਕੀ ਦੱਸ, ਦੱਸ ਮੰਗਿਆਈ ਨੇ ਚੱਕਤਾ ਸਾਰਾ ਕੁਛ, ਹੋਰ ਹੁਣ ਮੰਗਿਆਈ ਨੇ ਤਾਂ ਜਮਾ ਮਾਰਤੇ, ਗਰੀਬ ਹਾਂ ਕੀ ਅਮੀਰ ਕੀ ਲੈ ਕੇ ਖਾਲੂ ਕੋਈ, ਕੁਛ ਨਹੀਂ ਭੈਣੇ। 100 ਰੁਪਏ ਕਿਲੋ ਗੰਡੇ ਕਰ ਦਿੰਦੇ ਨੇ, ਹੋਰ ਲੈ ਲਓ ਆਪਣੇ ਵਰਗਾ ਕੋਈ, ਕਿੱਥੋਂ ਲੈ ਲੂ। ਹੋਰ ਸਾਡਾ ਸੇਵਕ ਵੀ ਕਹਿੰਦਾ ਸੀ ਵੀ ਧਰਨੇ ਤੇ ਜਾਣਾ ਹੈਗਾ, ਜਦੋਂ ਉਹ ਮੁੰਡੇ ਦੀ ਗੱਲ ਸੁਣ ਲਈ। ਮੈਂ ਆਖਿਆ ਪਤਾ ਨਹੀਂ ਕੀ ਹੋਊ ਉੱਥੇ। ਨਾ ਸਾਡਾ ਕੁਲਦੀਪ ਵੀ ਜਾਊਗਾ ਭੈਣੇ, ਧਰਨੇ ਤੇ ਤਾਂ ਜਾਵਾਂਗੇ, ਅੱਛਾ ਅੱਛਾ ਹੋਰ ਹੁਣ ਚੱਲ ਉਹ ਕੋਈ ਤਾਂ ਨਹੀਂ, ਜਿਹੜੀ ਪ੍ਰਮਾਤਮਾ ਨੇ ਲਿਖੀ ਹੈ ਦੇਖੀ ਜਾਊਗੀ, ਹੁਣ ਸਾਥ ਤਾਂ ਦੇਵਾਂਗੇ ਨਾਲ ਧਰਨੇ ਵਾਲਿਆਂ ਦੇ। ਹਾਂ ਚੱਲ ਇਕੱਠੇ ਵਗ ਜਾਣਗੇ ਫਿਰ। ਤਾਂ ਹੀ ਤਾਂ ਕਹਿੰਦੀ ਦੇਣਾ ਤਾਂ ਪਊਗਾ ਹੀ, ਹਾਂ ਨਾ ਭਾਈ ਜਾਣਾ ਪਊਗਾ ਹਾਂ ਸਾਰਿਆਂ ਦੇਣਾ ਨਾਲ ਹੀ ਤਾਂ ਆਪਾਂ। ਪਊਗਾ ਹੀ, ਹੋਰ ਹੁਣ ਕਿਸਾਨਾਂ ਦੀ ਮਦਦ ਤਾਂ ਕਰਨੀ ਪਊਗੀ, ਹਾਂ ਕਿਸੇ ਦਾ ਇੱਕ ਬੰਦਾ ਵਗ ਗਿਆ, ਕਿਸੇ ਦੇ ਦੋ ਵਗ ਗਏ, ਹਾਂ ਵਾਰੀ ਨਾਲ ਭਾਈ ਸਾਰੇ ਜਾਈ ਜਾਂਦੇ ਨੇ ਆਪਣੇ ਪਿੰਡੋਂ, ਨਾ ਜਾਣਗੇ ਫਿਰ। ਤਾਂ ਹੀ ਤਾਂ ਕਹਿੰਦੀ ਆਪਾਂ ਵੀ ਭੇਜਾਂਗੇ ਇਹਨਾਂ ਨੂੰ, ਨਾ ਵਗ ਵਗ ਜਾਣਗੇ ਜਵਾਕ, ਜਵਾਕ ਹੋਰ ਹੱਕ ਬਣਦਾ ਜਾਣ ਦਾ ਭਾਈ ਹਾਂ ਸਾਰੇ ਹੱਕ ਕਿਤੇ। ਬਣਦਾ ਭਾਈ, ਹੋਰ ਹੁਣ ਆਪਾਂ ਸਾਰਿਆਂ ਦੇ ਨਾਲ ਹੀ ਆ, ਨਾਲ ਹੀ ਆਪਾਂ ਦੁਨੀਆ ਦੇ, ਹੋਰ ਹੋਰ ਹੁਣ ਕਿਸਾਨ ਹੀ ਆ ਜਦੋਂ ਆਪਾਂ। ਹੋਰ ਚੱਲ ਕੋਈ ਨਹੀਂ, ਫਿਰ ਮੈਂ ਜਾਨੀ ਆ, ਕਹਿੰਦੀ ਆ ਮੈਂ ਸੇਵਕ ਨੂੰ, ਕਿਤੇ ਭੁੱਲ ਵੀ ਨਾ ਜਾਵੇ, ਰੋਟੀ ਫੜ ਕੇ ਲੈ ਜਾਊਗਾ ਹਾਂ ਕੁਲਦੀਪ। ਕਹਿ ਦੀ ਭੈਣੇ, ਚੰਗਾ ਯਾਦ ਕਰਾ ਦੀ, ਨਾ ਕੋਈ ਨਹੀਂ ਕੋਈ ਨਹੀਂ। ਚੱਲ ਕਹਿ ਦੂਗੀ, ਇਹ ਸੁਨੇਹਾ ਤਾਂ ਲਾ ਦੂਗੀ, ਤੇ ਤੁਰਦੀ ਫਿਰਦੀ ਆ ਹੀ ਜਾਂਦੀ ਆ, ਮਾਰੀ ਜਾਂਦੀ ਆ ਗੇੜਾ। ਜਸਪ੍ਰੀਤ ਬੰਨਤੀ ਰੋਟੀ ਪਤਾ? ਹਾਂ ਬੀਬੀ ਬੰਨਤੀ ਰੋਟੀ ਤਾਂ। ਚੱਲ ਬੰਨਤੀ ਚੰਗੀ ਗੱਲ ਹੈ, ਆਉਣ ਵਾਲਾ ਸੇਵਕ। ਅੱਛਾ ਹਾਂ ਉਰੇ ਧਰ ਦੇ। ਗਿਆ ਤਾਂ ਨਹੀਂ ਸੀ ਹਲੇ? ਨਾ ਨਾ ਗਿਆ ਨਹੀਂ। ਚੱਲ ਚੰਗਾ, ਆ ਹੁਣੀ ਗਈ ਤੇਰੀ ਚਾਚੀ, ਮੈਂ ਉਹਨੂੰ ਕਿਹਾ ਸੀ। ਹਾਂ ਹਾਂ ਚੱਲ ਚੰਗਾ, ਕਹਿ ਦੂਗੀ ਜੇ, ਕਹਿੰਦੀ ਤੀ ਮੈਂ ਭੇਜੂਗੀ ਜਾਣ ਸਾਰਾ। ਠੀਕ ਹੈ, ਆਉਣ ਵਾਲਾ ਹੋਣਾ ਬਸ। ਤੇ ਲੈ ਮੈਂ ਕੱਪੜੇ, 2 ਵਾਰੀ ਹੋ ਗਈ ਹੈ ਨਾ। ਹਾਂ ਆ ਦੋ ਗਏ, 2 ਗੇੜੇ ਬਸ, ਮੈਂ ਕੱਪੜੇ ਕੱਢ ਦਿੰਨੀ ਹਾਂ। ਮੈਂ ਕੱਢ ਦੂੰਗੀ ਕੱਪੜੇ ਤਾਂ ਪੁੱਤ। ਚੱਲ ਕੋਈ ਨਹੀਂ ਬੇਬੇ, ਤੂੰ ਦਮ ਲੈਣਾ, ਕੋਈ ਨਹੀਂ ਤੂੰ ਮੈਂ ਕਿੱਥੇ, ਹੁਣ ਕੱਢ ਦੂੰ, ਤੂੰ ਇੱਥੇ ਧਰ ਦੇ ਗੇਟ ਵਾਲ ਕੋਲੇ, ਕਿੱਥੇ ਗੋਡੀ ਸਿੱਧੀ ਹੋਵੇਗੀ, ਕੁਛ ਨਹੀਂ ਹੁੰਦਾ। ਇੱਥੇ ਧਰ ਦੇ ਸਾਰੇ ਕੱਢ ਕੇ, ਤੇ ਮੈਂ ਜਰਕ ਦੇਣੇ ਚਕਲ ਦੂੰਗੀ, ਆ ਕੁਰਸੀ ਤੇ ਬਹਿ ਕੇ ਚਕਲ ਦੂੰ। ਐ ਕਰ ਜਸਪ੍ਰੀਤ, ਲੈ ਦੇ ਮੈਨੂੰ ਕੱਪੜੇ ਜੇ, ਚਕਲਾ ਮੈਂ ਉਹਦਾ ਕੀ ਪਤਾ ਸੇਵਕ ਦਾ ਕਦੋਂ ਕਾਊਗਾ, ਇਤਨਾ ਉਰੇ ਰੱਖ ਦਿੰਦੀ ਆ ਰੋਟੀ ਜਾਂ ਕੱਪੜੇ ਤੇ ਚਕਲ ਹੀ ਦਿੰਦੀ ਆ। ਲਿਆ ਕੇਰਾ ਨਾਲ ਸੁੱਕਣੇ ਪਾ ਦੂੰਗੀ ਤੇਰੇ, ਫਟਾਫਟ ਹੁਣ ਪਾ ਦਿੰਦੀ ਆ। ਲਿਆ ਉਰੇ ਕੱਢ ਲਾ, ਬਾਲਾ ਭਾਰੀ ਨਾ ਹੋਵੇ ਬੱਠਲ, ਇੰਨਾ ਭਾਰ ਨਾ ਚੱਕਿਆ ਕਰ, ਕੋਈ ਨਹੀਂ ਫਿਰ ਸਰਕਾ ਕੇ ਮੈਂ ਤਾਂ ਹੁਣ ਕੱਢ ਦਿੰਦੀ ਆ। ਲੈ ਫਿਰ ਮੈਂ ਬੋਚਾ ਲਾ ਲੈ, ਮੈਨੂੰ ਵੱਡਾ ਬੱਠਲ ਦੇ ਦੇ, ਇਧਰੋਂ ਫੜਾ ਦੇ ਬੱਠਲ। ਹਾਂ ਵੱਡਾ ਫੜਾ ਦੇ ਟੱਬ, ਆ ਲੈ ਲਓ ਬੇਬੇ, ਥੋੜੀ ਨੇ ਕੱਪੜੇ, ਚੱਲ ਇਹ ਚ ਕੱਢ ਦਿੰਦੀ ਆ। ਲੈ ਖੜ ਜਾ, ਮੈਂ ਪੋਚੇ ਨੂੰ ਪਾਣੀ ਪਾ ਲਾ ਪਹਿਲਾਂ। ਟੈਂਕੀ ਭਰ ਲਈ ਸੀ ਅੱਜ? ਹਾਂ ਭਰ ਲਈ ਸੀ ਟੈਂਕੀ, ਤਾਂ ਹੁਣੀ ਬੰਦ ਕਰੀ ਆ।
ਹੋਰ ਲੈ ਚੱਲ ਕੱਟ ਕਰ ਲਾ। ਆਇਆ ਧੁੱਪ ਤੋਂ ਪਹਿਲਾਂ ਨਵੇੜ ਲਾਂਗੇ ਦੋਨੇ ਜਣੀਆਂ। ਕੀ ਕਰ ਲੱਗੂਗਾ ਤੂੰ ਪੋਚੇ ਲਾ ਜਰਕ ਦੇ ਨੇ। ਮੈਂ ਇਤਨੇ ਕੱਪੜੇ ਕੱਢਦੀ ਹਾਂ। ਗੰਦਾ ਹੋਇਆ ਪਿਆ ਫਰਸ਼। ਹੋਰ ਕੱਲ ਲੱਗੇ ਨੇ ਵਿਚਾਰੀ ਕਿੰਨੀ ਚੰਗੀ ਆ। ਹੈ ਚੱਲ ਇਹਨੇ ਮੈਂ ਪੋਚਾ ਖਿੱਚ ਦਿੰਦੀ ਹਾਂ ਦਵਾ ਦਵਾ। ਇੰਨੇ ਬੇਬੇ ਵਿਚਾਰੀ ਕੱਪੜੇ ਕੇ ਚੱਲ ਦੂਗੀ। ਮੋਤੀ ਪੁੰਨ ਕੀਤੇ ਮੈਂ ਤਾਂ ਪਿਛਲੇ ਜਨਮ ਚ ਕੋਈ ਜਿਹੜੀ ਇਹ ਜੀ ਸੱਸ ਮਿਲ ਗਈ ਤਾਂ ਹੀ ਤਾਂ ਮਨਪ੍ਰੀਤ ਕਹਿ ਦਿੰਦੀ ਆ ਮੈਨੂੰ। ਨਹੀਂ ਤੇਰੇ ਵਾਲੀ ਸੱਸ ਤਾਂ ਬਾਹਲੀ ਚੰਗੀ ਆ ਵਿਚਾਰੀ, ਜਿਹੜੀ ਐਂ ਇੰਨੀ ਉਮਰ ਹੋ ਗਈ ਤੇਰੇ ਨਾਲ ਕੰਮ ਕਰਾਉਂਦੀ ਆ, ਹਰੇਕ ਕੰਮ ਚ ਹੱਥ ਵਟਾਉਂਦੀ ਆ। ਮੇਰੇ ਵਾਲੀ ਤਾਂ ਕਹਿੰਦੀ ਅਸੀਂ ਛਾਪਲ ਜਾਂਦੀ ਆ ਵੀ ਆਪੀ ਕਰੀ ਜਾਓ ਕੰਮ, ਤਾਂ ਹੀ ਤਾਂ ਹੱਸਣ ਲੱਗ ਜਾਂਦੀ। ਨਹੀਂ ਪੱਟੇ ਬਟਾ ਲੈ ਮੈਨੂੰ ਵੀ ਦਮ ਆਜੂਗਾ। ਲੈ ਮੈਂ ਕਿਹਾ ਮੋੜ ਕੇ ਵੀ ਤੇਰੇ ਵਾਲੀ ਰੱਖ ਕੇ ਦੱਸ ਮੈਂ ਕੀ ਕਰਨਾ, ਤਾਂ ਉਹੀ ਮਾਰ ਦੂਗੀ ਮੈਨੂੰ ਕੰਮ ਕਰਾ ਕਰਾ ਕੇ। ਹੈਂ ਨਹੀਂ ਅੱਜ ਕੱਲ ਤਾਂ ਬਹੁਤ ਤੰਗ ਕਰਦੀਆਂ ਨੇ ਸੱਸਾਂ ਨੂੰ ਸਾਨੂੰ। ਮੈਂ ਤਾਂ ਚੰਗੀ ਕਰਮ ਕੀਤੇ ਸੀ ਜਿਹੜੇ ਮਾਵਾਂ ਵਰਗੀ ਸੱਸ ਮਿਲ ਗਈ। ਕੁਮਾਰੀ ਹੁੰਦੀ ਨੇ ਜਿਹੜੀ ਗੁਰਦੁਆਰੇ ਸੇਵਾ ਕੀਤੀ ਸੀ ਉਹਦਾ ਮੇਵਾ ਤਾਂ ਮਿਲਣਾ ਹੀ ਸੀ। ਚੱਲ ਬੇਬੇ ਕੀ ਵਿਚਾਰੇ ਸਾਰੇ ਹੀ ਵਧੀਆ ਨੇ, ਕੁਲਦੀਪ ਵਰਗੇ ਬਾਈ ਵਰਗੇ। ਲਾਡੀ ਦਾ ਸੁਭਾਅ ਵੀ ਬਹੁਤ ਵਧੀਆ ਵਾ। ਖੈਰ ਉਹ ਸੱਚ ਆਏ ਹੀ ਨਹੀਂ ਹੈਗੇ ਹਨਾ, ਫੋਨ ਵੀ ਨਹੀਂ ਕੀਤਾ ਹੈਗਾ, ਪਤਾ ਨਹੀਂ ਕਿੱਥੇ ਤੁਰੇ ਫਿਰਦੇ ਨੇ ਰਾਹ 'ਚ। ਇੱਕ ਤਾਂ ਕਿਸਾਨਾਂ ਦੇ ਧਰਨੇ ਕਰਕੇ ਉਹ ਹੋਇਆ ਪਿਆ ਗਾ, ਰਸ਼ ਜਿਹਾ ਹੋਇਆ ਪਿਆ ਗਾ, ਬਾਹਲਾ ਲੰਘਣ ਹੀ ਨਹੀਂ ਦਿੰਦੇ ਕਿਸੇ ਨੂੰ। ਕਰੂੰਗੀ ਫੋਨ ਪੋਚਾ ਲਾ ਕੇ। ਚਲ ਕੱਪੜਿਆਂ ਦਾ ਕੰਮ ਵੀ ਨਹੀਂ। ਤਾਈ ਰੋਟੀ ਬਣਦੀ ਕੁਲਦੀਪ ਦੀ? ਹਾਂ ਬੰਨ ਰੱਖੀ ਪੁੱਤ, ਅੱਜ ਤੂੰ ਚੈਰੀ ਲਾਤਾ। ਉਹ ਮੈਂ ਸਿਲੰਡਰ ਜਿਹਾ ਬਣਾਉਣ ਲੱਗ ਗਿਆ ਜੀ ਮਾਣ ਤੋਂ। ਅੱਛਾ ਤਾਂ ਹੀ ਟਾਈਮ ਲੱਗ ਗਿਆ ਬੰਨੀ ਪੀ ਰੋਟੀ ਤਾਂ। ਮੈਂ ਕੱਪੜੇ ਜਿਹੇ ਝੱਲਣ ਲੱਗ ਗਈ ਸੀ। ਲੈ ਲੈ ਜਾ ਹੋਰ ਚੱਲ ਰੋਟੀ ਤਾਂ ਲੈ ਗਿਆ। ਲੈ ਪੁੱਤ ਕੱਪੜੇ ਮਸ਼ੀਨ ਚ ਸੁਕਾ ਦੇ ਕੇ ਨਾ, ਫੇਰ ਤਾਰ ਤੇ ਪਾ ਦਿਆਂਗੇ। ਆ ਗਈ ਬੇਬੇ। ਹਾਂ ਸੁੱਕਣੇ ਪਾ ਪੁੱਤ, ਥੋੜਾ ਜਿਹਾ ਰਹਿ ਗਿਆ ਪੋਚਾ ਬਸ। ਮੈਂ ਤੁਹਾਨੂੰ ਕਹਾ ਉੱਚਾ ਜਾ ਚੋ ਉਤਰ ਚੜਿਆ ਨਹੀਂ ਜਾਂਦਾ। ਨਾ ਨਾ ਕੋਈ ਨਹੀਂ, ਹਾਂ ਮੈਂ ਪਾ ਦਿੰਦੀ ਹਾਂ। ਸੁਕਾ ਦੇ, ਲੱਗ ਗਿਆ ਪੋਚਾ? ਬਸ ਲੱਗ ਗਿਆ। ਬਸ ਠੀਕ ਹੈ, ਲੱਗ ਗਿਆ ਠੀਕ ਹੈ। ਧੁੱਪ ਤੋਂ ਪਹਿਲਾਂ ਕੰਮ ਨਿਬੜ ਗਿਆ ਵਧੀਆ। ਹੋਰ ਨਾਲੇ ਕੁਲਦੀਪ ਦੀ ਰੋਟੀ ਬੱਗੀ, ਨਾਲੇ ਆਪਣੇ ਕੰਮ ਨਿਬੜ ਗਏ। ਚੱਲ ਹੁਣ ਆਪਾਂ ਵਿਹਲੇ। ਭਾਰੀ ਨੌਕਰ ਕੌਣ ਕਰਦੇ ਨੇ ਕੰਮ ਯਾਰ? ਲੈ ਚੋਦੀ ਰੋਟੀ ਬਾਈ। ਆ ਗਏ ਸੇਵਕ ਬਾਈ ਓਏ? ਹਾਂ ਮੈਂ ਤਾਂ ਲੇਟ ਹੀ ਹੋ ਗਿਆ ਨਾ। ਹੋਰ ਚਲ ਕੋਈ ਨੀ, ਬਾਗੇ ਦੀ ਕਿਤੇ ਜਾ ਬਣਾਉਣ ਬਾਗੇ ਦੀ ਮਾਨ ਸਾਂ। ਅੱਛਾ ਅੱਛਾ, ਉਹਨਾਂ ਨੇ ਮੈਨੂੰ ਟਾਈਮ ਲਵਾਤਾ। ਠੀਕ ਆ, ਫਿਰ ਭੀੜ ਹੁੰਦੀ ਆ ਉੱਥੇ, ਮੱਲੋ ਮੱਲੀ ਟਾਈਮ ਲੱਗ ਜਾਂਦਾ। ਹਾਂ ਹੋਰ ਸੁਣਾ, ਕਣਕ ਕੁਣ ਕਰਮਾਤੀ ਤੈਂ? ਹਾਂ ਮੈਂ ਧਰਮਾਤੀ। ਵਧੀਆ ਰਹਿ ਗਿਆ ਯਾਰ, ਹਵਾ ਤੋਂ ਪਹਿਲਾਂ ਰਵਾ ਗਿਆ ਹਨਾ। ਹੋਰ ਹੁਣ ਜਾਣਾ ਮੈਂ ਧਰਨੇ ਤੇ ਬਸ। ਧਰਨੇ ਤੇ ਜਾਣਾ ਚਾ? ਹਾਂ ਧਰਨੇ ਤੇ ਮੈਂ ਵੀ ਜਾਣਾ ਸੀ, ਮੈਨੂੰ 2 ਦਿਨ ਲੱਗਣਗੇ ਫਿਰ। ਆ ਜੀ ਫਿਰ ਕੋਈ ਨਾ, ਉੱਥੇ ਹੀ ਡੇਰੇ ਲਾਏ ਹੋਏ। ਠੀਕ ਹੈ ਚਲ, ਹੋਏ ਦਿਨ ਜਾ ਤੂੰ ਭਾਈ, ਫਿਰ ਆ ਜਾਊਂਗਾ ਮੈਂ।
ਹਾਂ ਕੋਈ ਨਾ ਜੀ। ਹੋਰ ਵਾਰੀ ਬੱਟੇ ਸਾਰੇ ਨਹੀਂ ਜਾਣਾ ਪਊਗਾ ਉੱਥੇ ਤਾਂ। ਹਾਂ ਦੇਖੋ ਕਦੋਂ ਕਰੂੰਗਾ ਮੋਦੀ ਫੈਸਲਾ ਕੋਈ, ਦੇਖਦੇ ਆ। ਚੱਲ ਚੱਲ ਖਾ ਲਾ ਰੋਟੀ, ਮੈਂ ਤਾਂ ਚੱਲਦਾ ਫਿਰ। ਖਾ ਲਾਂਗਾ ਰੋਟੀ ਤੂੰ? ਨਾ ਨਾ ਮੈਂ ਤਾਂ ਖਾ ਕੇ ਆਇਆ ਬਸ। ਚੱਲ ਠੀਕ ਆ ਬਾਈ, ਧੰਨਵਾਦ ਸੇਵਕਾ ਜਿਹੜਾ ਫਰਾ ਜਾਣਾ ਬਾਈ ਲੰਗਰ। ਠੀਕ ਆ ਚੰਗਾ, ਠੀਕ ਆ ਬਾਈ, ਠੀਕ ਆ। ਚੱਲ ਖਾਣਾ ਮਾੜਾ ਜਿਹਾ ਕਰੀ ਦੇ, ਪਾਲੀ ਸੀਰੀ ਜੇ ਤਾਂ ਜਮੀ ਨੀ ਕਰਦੇ ਹੈਗੇ ਯਾਰ, ਲੱਕਾ ਤੋੜ ਘੇਰਾ ਜੀ। ਹਾਂ ਮੇਰੇ ਤਾਂ ਘਰੋਂ ਫੋਨ ਆ ਗਿਆ ਹੋਊਗਾ, ਪੁੱਛਦੇ ਹੋਣੇ ਵੀ ਰੋਟੀ ਫੜਾ ਦੀ ਕਿ ਨਾ। ਹੈਲੋ, ਹਾਂ ਫੜਾ ਗਿਆ ਸੇਵਕ ਰੋਟੀ ਤਾਂ ਫੜਾ ਗਿਆ। ਹਾਂ ਹੁਣੀ ਫੜਾ ਕੇ ਗਿਆ ਜੀ। ਠੀਕ ਹੈ ਕੋਈ ਨੀ, ਮੈਂ ਪਿਛਲੇ ਪੈਰ ਹੀ ਆਊਂਗਾ ਹੁਣ ਤਾਂ ਫਿਰ। ਸਨੀਰ ਲਾ ਲਿਓ ਤੁਸੀਂ ਚੰਗਾ। ਹਾਂ ਠੀਕ, ਲੈ ਮਾਣਾ ਪਾਣੀ ਲਿਆ ਭਰ ਕੇ, ਭੁੱਖ ਲੱਗ ਰਹੀ ਹੈ, ਪਹਿਲਾਂ ਰੋਟੀ ਵੀ ਖਾਈਏ। ਲਾਈਟ ਅੱਜ ਲਾਈ ਨੀ ਯਾਰ, ਅੱਗੇ ਰੋਜ਼ ਆ ਜਾਂਦੀ ਦਿਨੇ ਰਹਿੰਦਾ ਬਾਹਾਂ ਰਮਾਉਣ ਵਾਲਾ ਮਾਰ ਮਾਰ ਦਿੰਦੇ। ਸ਼ਕਲ ਅਗਲ ਦੀ ਰੋਟੀ ਹੋਈ ਮੂੰਗੀ ਮਸਰੀ ਦੀ ਦਾਲ ਨਾਲ ਲਾ ਕੇ ਗੰਢਾ, ਕਹਿੰਦਾ ਸ਼ਕਲ ਹੈ। ਲੈ ਪੁੱਤ ਕੱਪੜੇ ਸੁੱਕਣੇ ਮੈਂ ਪਾ ਦਿੰਦੀ ਆ, ਤੂੰ ਸੰਨੀ ਚ ਹੱਥ ਮਾਰ ਦੇ ਨਾਲੇ ਨਹਾ ਲੈ। ਕੋਈ ਨੀ ਬੇਬੇ ਮੈਂ ਪਾ ਲੈਂਦੀ ਆ, ਫਿਰ ਕੀ ਸੀ। ਕੋਈ ਨੀ ਸੁਕਾ ਦਿੰਦੀ, ਚਲ ਫਿਰ ਜਵਾਕ ਆ ਜਾਣਗੇ। ਪਾ ਦੇਂਗੀ ਫਿਰ ਤੂੰ? ਹਾਂ ਪਾ ਦਿੰਦੀ ਆ ਸੁੱਕਣੇ ਮੈਂ। ਚਲ ਫਿਰ ਮੈਂ ਸੰਨੀ ਚ ਹੱਥ ਮਾਰ ਆਉਣੀ ਆ। ਸੰਨੀ ਚ ਹੱਥ ਮਾਰ ਕੇ ਨਹਾ ਲੈ ਚੱਕ ਦੇਣੀ। ਹੋਰ ਜਵਾਕਾਂ ਦਾ ਵੀ ਬਸ ਟਾਈਮ ਹੀ ਹੈਗਾ, ਆ ਜਾਣਗੇ ਹੁਣ। ਹੋਰ ਲੈ, ਦੋ ਵੱਜ ਗਏ ਨਾਲੇ, ਦੋਹੇ ਜਣੀਆਂ ਕੰਮ ਨੂੰ ਲੱਗ ਰਹੀਆਂ ਤੜਕੇ ਦੀਆਂ। ਜੇ ਹੁਣ ਇਕੱਲੀ ਨੇ ਕਰਨਾ ਪਵੇ ਫਿਰ ਜਮੀ ਨਾ ਸਾਰਾ ਦਿਨ ਨਿਬੜੇ ਦਾ। ਅੱਜ ਉਹਨੇ ਵੀ ਨਹੀਂ ਆਉਣਾ, ਕੁਲਦੀਪ ਨੇ ਮੈਸਾਂ ਦਾ ਵੀ ਕਰਨਾ ਪੈ ਗਿਆ ਉਹਨੂੰ, ਪਤਾ ਨਹੀਂ ਕਿੰਨਾ ਕੁ ਕੰਮ ਹੋ ਗਿਆ ਅੱਜ, ਖੇਤ ਖਲ ਖੁਲ ਕੱਢਣ ਲੱਗ ਗਿਆ ਹੋਣਾ। ਗਰਦ ਚੜ੍ਹਦੀ ਚੱਲ, ਇੰਨਾ ਵੀ ਸ਼ੁਕਰ ਹੈ ਬੇਬੇ ਵਿਚਾਰੀ, ਕੱਪੜੇ ਸੁੱਕਣੇ ਲਾ ਦੋਗੀ, ਇੰਨੇ ਮੇਰਾ ਸੰਨੀਆਂ ਦਾ ਨਿਬੜ ਜੂ। ਚੱਲ ਬਸ ਫਿਰ ਨਹਾ ਲਾਂਗੇ, ਇੰਨੇ ਜਵਾਕਾਂ ਦਾ ਵਿਹੜਾ ਹੋਜੂ, ਫਿਰ ਉਹਨਾਂ ਨੂੰ ਕੰਮ ਕੁੰਮ ਕਰਾਉਣਾ ਹੋਊਗਾ। ਅੱਜ ਉਹਨੂੰ ਵੀ ਲਾਈਟ ਕਰਕੇ ਹੋ ਗਿਆ, ਲਾਈਟ ਸੁਨੇਹਾ ਆ ਗਈ, ਨਹੀਂ ਤਾਂ ਕੱਖਾਂ ਦਾ ਉਹ ਸੁਨੇਹੀ ਨਿਬੜ ਜਾਂਦਾ ਕੰਮ।
ਪਾਤੇ ਬੇਬੇ ਕੱਪੜੇ ਸੁੱਕਣੇ? ਹਾਂ ਪਾਤੇ ਪੁੱਤ। ਅੱਛਾ ਰਲਾਈ ਸੰਨੀ। ਹੋਰ ਇੰਨਾ ਟਾਈਮ? ਲੈ ਹੁਣ ਮੈਂ ਨਾ ਆਇਆ ਵਾ, ਫਿਰ ਆ ਕੇ ਚਾਹ ਤਰੂੰਗੀ। ਹੈ ਹਾਂ ਨਾ ਆਇਆ। ਹੋਰ ਤੂੰ ਵੀ ਨਾ ਲੈਂਦੀ? ਮੈਂ ਤਾਂ ਨਾ ਲਈ ਸੀ। ਅੱਛਾ ਹਾਂ ਤੜਕੀ ਨਾ ਲਈ ਹੋਵੇਂਗੀ ਅੱਜ। ਹੋਰ ਮੈਂ ਤਾਂ ਨਾ ਲਈ ਸੀ। ਗੱਲ ਕਰ, ਉਹਨੂੰ ਕੱਪੜੇ ਮੋਟੇ ਪਾ ਲਏ, ਹੁਣ ਗਰਮੀ ਆਈ ਜਾਂਦੀ ਆ। ਨਾ ਕੇਰਾ ਹੁਣ ਜਾ ਗਿਆ, ਅੱਜ ਤਾਂ ਗਰਦ ਜੀ ਖਾਸੀ ਪੈ ਗਈ ਸੀ, ਸੰਨੀਆਂ ਕਰਨੀਆਂ ਪੈਗੀਆਂ। ਕੱਪੜੇ ਬਦਲ ਲੈ ਬੇਬੇ। ਹਾਂ ਪੁੱਤ, ਹੋਰ ਗਰਮੀ ਆਈ ਮੈਨੂੰ ਨਾ। ਅੱਛਾ ਮੋਟੇ ਸੀ, ਹੋਰ ਹੁਣ ਤਾਂ ਉਹ ਹੋ ਗਿਆ, ਬਦਲ ਗਿਆ ਮੌਸਮ ਜਿਹਾ। ਹੋਰ ਨਾ ਆਈ? ਚੱਲ ਚੰਗਾ। ਕੀ ਟਾਈਮ ਅੱਜ ਗਿਆ? ਲੈ ਚਾਹ ਲੈ ਕੇ ਵਾ। ਚਾਹ ਲਿਆ ਘੁੱਟ, ਨਾਲੇ ਆਪਾਂ ਲਸਣ ਗੰਢਾ ਛਿੱਲ ਲਾਂਗੇ। ਹਾਂ ਬੈਠੇ ਬੈਠੇ ਫਿਰ ਜਵਾਕ ਆਉਣ ਵਾਲੀ ਅੱਗੇ, ਫਿਰ ਜਵਾਕਾਂ ਦਾ ਵੇਲਾ ਹੋ ਰਿਹਾਗਾ। ਬਣਾਉਣੀ ਆ ਘੁੱਟ ਘੁੱਟ। ਲੈ ਬੇਬੀ ਚੱਕ ਚਾਹ, ਗਰਮ ਕਾਹਲੀ ਪਾ ਲਈ। ਆਹ ਲੈ ਲਾ ਫਿਰ, ਹੋਰ ਆਹ ਦੇ ਦੇ, ਮੈਂ ਤਾਂ ਥੋੜ੍ਹੀ ਲੈ ਲਾ। ਤੂੰ ਆਹ ਤੂੰ ਪੀ ਲੈ, ਮੈਂ ਕਈ ਵਾਰੀ ਪੀ ਲਈ। ਜਵਾਕਾਂ ਦਾ ਵੀ ਟਾਈਮ ਹੋ ਰਿਹਾ ਹਨਾ ਆਉਣ ਦਾ, ਹੋਰ ਹੁਣ ਆ ਜਾਣਗੇ ਉਹ ਤਾਂ। ਲੈ ਆਓ ਬੈਠੀਆਂ ਨੇ, ਇਹਨਾਂ ਦਾ ਤਾਂ ਆਈ ਨਹੀਂ ਪਤਾ ਲੱਗਦਾ ਵੀ ਮਾਮਾ ਧੀਆਂ ਨੇ ਕਿ ਸੱਸ ਨੂੰਹਾਂ ਨੇ, ਇਕੱਠੀਆਂ ਚਾਹ ਪੀ ਜਾਂਦੀਆਂ ਨੇ। ਮੇਰੇ ਵਾਲੀ ਤਾਂ ਕੋਈ ਬਹਿੰਦੀ ਨਹੀਂ ਆਏ। ਹੋਰ ਤਕੜੀਆਂ ਭੈਣੇ ਗਰਮੇਲ ਕੁਰੇ? ਹਾਂ ਤਕੜੀਆਂ ਭੈਣੇ। ਹੋਰ ਤੂੰ ਸੁਣਾ ਸਿੰਦਰੇ? ਹਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਬੋਲਦੀ ਜੀ ਤੁਰੀ ਆਉਂਦੀ ਸੀ? ਨਾ ਕੁਛ ਨਹੀਂ, ਮੈਂ ਤਾਂ ਐਂ ਕਹਿੰਦੀ ਸੀ ਮੈਂ ਕੰਮ ਧੰਦਾ ਜਿਹਾ ਸੁਨੇਹੀ ਨਹੀਂ ਮਿਲ ਕੇ। ਕੰਮ ਤਾਂ ਫਿਰ ਅਸੀਂ ਐਂ ਕਰ ਦਿੰਦੇ ਹਾਂ ਜਦੋਂ ਲੱਗ ਜੀ। ਚਾਹ ਲਿਆ ਮੈਂ ਚਾਚੀ? ਨਾ ਬਸ ਚਾਹ ਮੈਂ ਹੁਣੀ ਪੀ ਕੇ ਆਈ। ਹੋਰ ਘਰੇ ਠੀਕ ਸੀ? ਹਾਂ ਠੀਕ ਠਾਕ ਵਧੀਆ। ਹੋਰ ਭੈਣੇ ਤੇਰੀ ਨੂੰ ਕਿਵੇਂ ਆ? ਠੀਕ ਹੈ ਭੈਣੇ ਵਧੀਆ ਬਸ। ਠੀਕ ਹੈ ਠੀਕ ਹੈ, ਚੱਲ ਚੰਗੀ ਗੱਲ ਹੈ। ਕਰੀ ਜਾਂਦੀ ਹੈ ਇਹਦਾ ਕੰਮ, ਆਪਾਂ ਤੈਨੂੰ ਤਾਂ ਟੱਕਾ ਨਹੀਂ ਹੁੰਦਾ ਹੈਗਾ। ਪਹਿਲਾਂ ਬਥੇਰਾ ਕਰਾਇਆ ਤੇਰੇ ਵਾਂਗ, ਕੋਈ ਜਸਤਾ ਹੈ ਨਹੀਂ। ਫਿਰ ਕਰਾਉਣਾ ਪੈਂਦਾ ਭੈਣੇ ਨਾਲ ਤਾਂ ਕੰਮ, ਹੁਣ ਇਕੱਲੀ ਜਾਣੀ ਦੇ। ਕੋਈ ਕਰਾਇਆ ਨਹੀਂ ਹੁੰਦਾ ਭੈਣੇ ਮੈਥੋਂ ਤਾਂ। ਤੂੰ ਤਾਂ ਫਿਰ ਉਈ ਹਟ ਗਈ। ਛੱਡਤਾ ਭੈਣੇ ਪਾਲੇ ਤਾਂ, ਜਸਤਾ ਹੈ ਨਹੀਂ ਕੋਈ। ਕੀ ਐਵੇਂ ਮੂਹਰੇ ਮੂਹਰੇ ਫਿਰੀ ਜਾਈਏ? ਜਦੋਂ ਕਰਦੇ ਤੀ ਸੌਂਗਾ ਉਦੋਂ ਹਜੇ ਬੁਲਾਉਂਦੀ ਨਹੀਂ ਤੀ, ਹੁਣ ਸੌਂਗਾ ਵਧੀਆ ਬੁਲਾ ਤਾਂ ਲੈਂਦੀ ਹੈ। ਊਂ ਤਾਂ ਚਾਚੀ ਵਧੀਆ ਸੁਭਾਅ ਦੀ ਤਾਂ, ਖੈਰ ਇਹ ਜੀ ਤਾਂ ਕੋਈ ਗੱਲ ਨਹੀਂ। ਹਾਂ ਠੀਕ ਹੈ, ਊਂ ਤਾਂ ਦੇਖਣ ਚ ਤਾਂ ਬਥੇਰੀ ਵਧੀਆ ਲੱਗਦੀ ਹੈ। ਹਾਂ ਦੇਖਣ ਨੂੰ ਤਾਂ ਕੌੜ ਤੁੰਬੇ ਥੋੜੇ ਨੇ, ਐਂ ਕੋਈ ਨਹੀਂ ਲੱਗਦੀ ਵੀ ਉਹ ਐਂ ਲੜ ਪਊਗੀ ਹਨਾ। ਹਾਂ ਉਹ ਤਾਂ ਜਦੋਂ ਅਗਲੇ ਨੂੰ ਦੰਦੀ ਵੱਢ ਕੇ ਪਤਾ ਲੱਗਦਾ। ਚੱਲ ਵਧੀਆ ਜੀ, ਮੈਂ ਟਾਈਮ ਟੱਪ ਤਾਂ ਟਪਾ ਲਓ। ਟਪਾ ਹੀ ਜਾਂਦੇ ਭੈਣ, ਤੂੰ ਤਾਂ ਐਵੇਂ ਮੂਹਰੇ ਮੂਹਰੇ ਫਿਰਦੀ ਰਹਿੰਦੀ ਆ ਭੈਣੇ, ਸਾਰਾ ਦਿਨ ਕੰਮ ਕਰਦੀ, ਆਹ ਵੀ ਕਰਦਾ ਆਹ ਵੀ ਕਰਦਾ, ਸਾਰੀ ਉਮਰ ਹੋ ਗਈ ਕੰਮ ਕਰਦਾ। ਨਹੀਂ ਭੈਣੇ ਕਰਨਾ ਲੱਗਦਾ ਫਿਰ, ਹੁਣ ਜਵਾਕ ਤਾਂ ਬਾਹਰ ਗਿਆ, ਹੁਣ ਇਕੱਲੀ ਜਣੀ ਰਹਿ ਜਾਂਦੀ ਆ, ਇਕੱਲੀ ਖੇਤ ਬੰਨੇ ਵਗ ਜਾਂਦਾ ਦੇਖਾ। ਨਹੀਂ ਤਾਂ ਚਾਚੀ ਮੈਂ ਵੀ ਕਹਿੰਦੀ ਹੁੰਦੀ ਵੀ ਤੇਰੇ ਗੋਡੇ ਜੇ ਦੁਖਦੇ ਵੀ ਚੱਲ ਰਹਿਣ ਦਿਆ ਕਰ, ਨਹੀਂ ਹੁੰਦਾ ਜੇ ਤੇਥੋਂ। ਹੋਰ ਤੂੰ ਤਾਂ ਤੇਰੀ ਸੱਸ ਤੋਂ ਐਵੇਂ ਵਾਧੂ ਕਰਾਈ ਜਾਂਦੀ ਹੈ। ਇਹ ਤਾਂ ਬਥੇਰਾ ਕਹਿੰਦੀ ਹੈ, ਬੈਠੇ ਨਹੀਂ ਜਾਂਦਾ ਗੱਲ ਕਰ। ਇਹ ਤਾਂ ਆਪ ਤੋਂ ਹੀ ਨਹੀਂ ਬੈਠੇ ਜਾਂਦਾ, ਵਾਧੂ ਕਹਿੰਦੀ ਹੈ ਵੀ ਕਰਨਾ ਕੰਮ। ਨਾ ਚਾਚੀ ਮੈਂ ਤਾਂ ਕਹਿਣੀ ਹੁੰਦੀ ਹਾਂ ਵੀ ਨਾ ਕਰਿਆ ਕਰ ਕੰਮ, ਪਰ ਜਿਹਨੇ ਕਰਿਆ ਹੋਵੇ ਪੁਰਾਣੇ ਟਾਈਮ 'ਚ ਕੰਮ ਉਹ ਤਾਂ ਕਿੱਥੇ ਬੈਠੇ ਜਾਂਦਾ। ਆਹੋ ਭਾਈ ਮੈਂ ਕਿਹੜਾ ਵਿਹਲੀ ਰਹਿੰਦੀ ਸੀ। ਨਹੀਂ ਤੈਨੂੰ ਨਹੀਂ ਕਹਿੰਦੀ ਚਾਚੀ, ਮੈਂ ਬਸ ਸਾਡੀ ਬੇਬੇ ਦਾ ਸੁਭਾਅ ਹੀ ਇਹ ਜਿਹਾ, ਆਪ ਹੀ ਨਹੀਂ ਬਹਿੰਦੀ ਇਹ। ਨਹੀਂ ਨਹੀਂ ਆਪਦੀ ਜਾਣ 'ਚ ਤਾਂ ਤੂੰ ਮੈਨੂੰ ਹੀ ਕਹਿੰਦੀ ਆ। ਤੈਨੂੰ ਕਾਹਨੂੰ ਕਹਿੰਦੀ ਆ, ਆਪਦੇ ਘਰੇ ਤਾਂ ਬਣਦੀ ਨਹੀਂ, ਮੈਨੂੰ ਤਾਂ ਸਾਡੇ ਵੀ ਕਰੂਗੀ ਕੰਮ, ਇਹ ਪਾੜ ਪਵਾ ਕੇ ਹਟੂਗੀ।
ਲੈ ਜਵਾਕ ਆ ਗਏ, ਲਾ ਕੇ ਲਿਆਵਾਂ। ਹੋਰ ਲਿਆ ਪੁੱਤ ਆ ਗਈਆਂ ਕੁੜੀਆਂ ਆ ਗਏ ਓਏ। ਓਏ ਨੀਂਦ ਆਉਂਦੀ ਆ, ਸੁੱਤਾ ਸੁੱਤਾ ਪਿਆ ਸੀ ਪੁੱਤ ਬੈਂਚ ਚ। ਓਹੋ ਸੌਂ ਜੀ ਪੁੱਤ, ਕੋਈ ਨੀ ਇੱਧਰ ਲਿਆ ਪੁੱਤ ਬੈਗ, ਅੰਦਰ ਲਿਆ ਸੌ ਗਈ ਹੈ ਤਾਂ। ਲੈ ਭੈਣੇ ਸਾਡੀ ਬਹੂ ਤਾਂ ਹੁਣ ਮਾੜਾ ਜਿਹਾ ਨਹਾ ਕੇ ਬੈਠੀ ਸੀ, ਚਾਹ ਹੀ ਪੀਤੀ ਹੈ। ਇਤਨੇ ਜਵਾਕ ਆ ਗਏ, ਜਵਾਕਾਂ ਦਾ ਵੇਲਾ ਹੋ ਗਿਆ, ਹੁਣ ਉਹਨਾਂ ਦਾ ਕੰਮ ਕਰਾਊਗੀ, ਉਹਨਾਂ ਨੂੰ ਚਾਹ ਪਾਣੀ ਪਿਆਊਗੀ, ਮੈਂ ਲੈ ਸਣਗੰਢਾ ਛਿਲੂੰਗੀ। ਸਾਰਾ ਦਿਨ ਹੀ ਨਹੀਂ ਮੁੱਕਦਾ, ਤਾਂ ਕਰਾਉਣਾ ਪੈਂਦਾ ਕੰਮ। ਆਹੋ ਭੈਣੇ, ਮੈਂ ਕਿਹੜਾ ਵਿਹਲੀ ਵਧੂੰਗੀ ਫਿਰ। ਨਾ ਭੈਣੇ ਮੇਰੇ ਤੋਂ ਕੰਮ ਨਹੀਂ ਹੁੰਦਾ, ਕਿੰਨਾ ਮਰਜ਼ੀ ਕਰੀ ਜਾਓ, ਇਹਨਾਂ ਨੇ ਦੇਖ ਲਈ ਤੇਰੇ ਨਾਲ ਵੀ ਆਈ ਬਣੂ। ਚੱਲ ਭੈਣੇ ਦੇਖੀ ਜਾਊਗੀ ਜਦੋਂ ਬਣੂਗੀ, ਜਿੰਨੇ ਚਿਰ ਚੱਲਦਾ ਉਹਨਾਂ ਚਿਰ ਤਾਂ ਚਲਾ ਲਈਏ। ਚੱਲ ਤੂੰ ਮੈਨੂੰ ਐਂ ਦੱਸ, ਧਰਨੇ ਤੇ ਜਾਊਗਾ ਕਲਦੀਪ? ਹਾਂ ਜਾਊਗਾ। ਅੱਛਾ, ਹੋਰ ਜਾਊਗਾ, ਕਿਹਾ ਤੇ ਮੈਂ ਜਾਈ ਭਾਈ ਮਹਾ। ਅੱਛਾ ਹਾਂ, ਸੇਵਕ ਵੀ ਜਾਊਗਾ ਨਾ? ਹਾਂ, ਕਣਕ ਕੁਣਕ ਰਮਾ ਲੈਣੇ ਤੇ। ਹਾਂ ਬਸ ਰਮ ਜੂਗੀ ਕਣਕ ਤਾਂ ਅੱਜ। ਹਾਂ ਇੱਥੇ ਬਹਿ ਕੇ ਪੀ ਲਾ ਬੇਬੀ ਕੋਲ ਚਾ, ਪੀ ਲੈ ਪੁੱਤ ਪੀ ਲੈ। ਕਿਹੜੇ ਸੋਚ ਬਾਕੀ ਨੇ ਬਣੀ? ਹਾਂ ਬੇਟਾ ਚਾ, ਬਣ ਬਾਲੀ ਪੈਸੇ ਲਾ, ਪੈਸੇ ਪੂਸੇ ਚੱਲ ਹੁਣ ਛੋਟੀਆਂ ਨੇ ਹਜੇ, ਹੁਣ ਤਾਂ ਸਰਕਾਰੀ ਚ ਵਧੀਆ ਸਹੂਲਤਾਂ ਆ ਰਹੀਆਂ। ਹਾਂ ਆ ਰਹੀਆਂ ਨੇ, ਸਰਕਾਰੀ ਚ ਲਾ ਦਿਆਂਗੇ ਫਿਰ ਇਹਨੂੰ ਵੱਡੀ ਨੂੰ, ਜੇ ਉਹ ਛੋਟੀ ਜਾਣ ਲੱਗ ਗਈ ਉਹ ਜਾਂਦੀ ਨਹੀਂ ਨਾ। ਹੋਰ ਬਥੇਰੀ ਪੜ੍ਹਾਈ ਹੁੰਦੀ ਆ ਸਰਕਾਰੀ ਚ, ਐਵੇਂ ਪੈਸੇ ਲਾਈ ਜਾਂਦੇ ਆ ਤੁਸੀਂ ਤਾਂ। ਹੋਰ ਲਾਉਣੇ ਪੈਂਦੇ ਨੇ ਭੈਣੇ, ਕੀ ਕਰੀਏ ਫਿਰ ਹੁਣ। ਹੋਰ ਇੰਨੇ ਇੰਨੇ ਰੁਪਈਏ ਕਿਤੇ ਬਣਦੇ ਨੇ, ਜੇ ਤੂੰ ਉਹ ਜਾਣ ਲੱਗ ਗਈ ਨਾ ਛੋਟੀ, ਜੇ ਗਿੱਜ ਗਈ ਫਿਰ ਇਹਨੂੰ ਸਰਕਾਰੀ ਚ ਲਾ ਦਿਆਂਗੇ। ਮੁੰਡਾ ਤਾਂ ਤੇਰਾ ਟਰੱਕਾਂ ਤੇ ਧੱਕੇ ਖਾਂਦਾ, ਕੀ ਕਰੇ ਫਿਰ ਪ੍ਰਾਈਵੇਟ ਚ, ਨਹੀਂ ਫਿਰ ਕੀ ਕਰੀਏ ਹੋਰ। ਚਾਚੀ ਜ਼ਿੰਦਗੀ ਬਣ ਜਾਂਦੀ ਆ ਜਵਾਕਾਂ ਦੀ ਵਧੀਆ ਸਕੂਲ ਚ ਪੜ੍ਹ ਕੇ। ਨਹੀਂ ਭੈਣੇ ਮੈਂ ਤਾਂ ਐਂ ਕਹਿੰਦੀ ਸੀ, ਕੁੜੀਆਂ ਦਾ ਕੀ ਪੜਾਉਣਾ ਪ੍ਰਾਈਵੇਟ, ਬਗਾਨਾ ਤਾਂ ਨਾ, ਇਹ ਆਪਦੇ ਘਰੇ ਜਾਣਗੀਆਂ, ਮੁੰਡਾ ਹੋਵੇ ਤਾਂ ਪੜਾ ਲੇ। ਨਾ ਭੈਣੇ, ਮੁੰਡਾ ਹੋਵੇ ਤਾਂ ਕਿਉਂ ਪੜਾ ਲੇ, ਕੁੜੀਆਂ ਨੂੰ ਕਿਉਂ ਨਾ ਪੜਾਵੇ, ਕੁੜੀਆਂ ਤਾਂ ਮੁੰਡਿਆਂ ਤਾਂ ਮੂਹਰੇ ਨੇ, ਮੈਨੂੰ ਤਾਂ ਬਲਾਈ ਪਿਆਰੀਆਂ ਲੱਗਦੇ ਨੇ ਮੇਰੀਆਂ ਪੋਤੀਆਂ ਭੈਣੇ। ਅੱਜ ਕੱਲ ਚਾਚੀ ਫਰਕ ਹੀ ਨਹੀਂ ਹੈਗਾ ਮੁੰਡਾ ਕੁੜੀਆਂ ਚ, ਮੁੰਡੇ ਕੁੜੀਆਂ ਚ ਕੀ ਫਰਕ ਹੈ। ਨਾ ਭੈਣੇ ਬਹਿ ਜਾ ਪੁੱਤ, ਆ ਜਾ ਆ ਜਾ, ਦੇਖ ਮੇਰਾ ਚੂਚਾ, ਕੋਈ ਨਹੀਂ ਲੱਗ ਜਾਣ ਤੇ ਪੈਸੇ, ਪੈਸੇ ਕੀ ਨਾਲ ਜਾਣਗੇ ਭੈਣੇ, ਵਧੀਆ ਟਾਈਮ ਟੱਪੀ ਜਾਂਦਾ, ਇਹਦਾ ਪਿਓ ਹੀ ਕਮਾਉਂਦਾ ਹਨੇਰੇ ਸਵੇਰੇ। ਤਾਂ ਹੀ ਤਾਂ ਕਹਿੰਦੀ ਆ ਉਹ ਤਾਂ ਸੜਕਾਂ ਤੇ ਧੱਕੇ ਖਾਂਦਾ। ਚਲ ਫਿਰ ਕੋਈ ਨਹੀਂ, ਪ੍ਰਾਈਵੇਟ ਵਾਲਿਆਂ ਨੂੰ ਦੇ ਆਉਂਦੇ 30 ਰੁਪਈਆਂ ਦਾ, ਹੋਰ ਕੀ ਕਰੀਏ ਫਿਰ, ਦੇਣਾ ਤਾਂ ਪੈਂਦਾ ਹੀ ਆ। ਇਹਨਾਂ ਖਾਤਰ ਹੀ ਫਿਰਦੇ ਆ ਚਾਚੀ, ਇਹਨਾਂ ਖਾਤਰ ਹੀ ਫਿਰਦੇ ਆ, ਬੱਚਿਆਂ ਖਾਤਰ ਹੀ। ਚਲ ਠੀਕ, ਨਾਲੇ ਇਹਦਾ ਚਾਚੂ ਵੀ ਨਹੀਂ ਲੱਗਣ ਦਿੰਦਾ ਭੈਣੇ, ਉਹ ਵੀ ਕਹਿੰਦਾ ਕੁਛ ਨਹੀਂ ਹੁੰਦਾ, ਆਪਾਂ ਤਾਂ ਪੜਾਵਾਂਗੇ ਕੁੜੀਆਂ ਨੂੰ ਪ੍ਰਾਈਵੇਟ 'ਚ। ਆਹ ਤਾਂ ਨਾਲੇ ਸਾਡੀ ਚੂਹੀ ਜੀ ਨਾ ਬਾਹਲੇ ਕਰਮਾਂ ਵਾਲੀ ਆ, ਇਹ ਤਾਂ ਸੁੱਖ ਨਾਲ ਜਿੱਦਾਂ ਦੀ ਆਈ ਹੈ ਨਾ, ਕਾਸੇ ਦਾ ਤੋੜਾ ਨਹੀਂ ਰਿਹਾ। ਚੱਲ ਵਧੀਆ ਗੱਲ ਹੈ, ਸਾਰੇ ਕੰਮ ਪੂਰ ਚੜੀ ਜਾਂਦੇ ਨੇ ਨਾਲ ਦੀ ਨਾਲ। ਚੱਲ ਵਧੀਆ, ਇਹ ਤਾਂ ਬਾਲੀ ਸਿਆਣੀ ਹੈ ਨਾ ਪੁੱਤ। ਲੈ ਚੰਗਾ ਭੈਣੇ, ਚੱਲਦੀ ਆ ਮੈਂ ਤਾਂ। ਚੰਗਾ ਭੈਣੇ, ਲੈ ਮਸੀ ਆਈ ਹੈ ਨੂੰਹ ਵਾਲੀ, ਲੱਗੂ ਪਤਾ ਜਿੱਦੇ ਲੱਤਾਂ ਪਈਆਂ, ਫਿਰਦੀ ਹੈ ਮੂਹਰੇ ਮੂਹਰੇ ਭੌਂਕਦੀ। ਇਹਨੂੰ ਕਦਮ ਚੇ ਮੂਹਰੇ, ਹਾਂ ਲੈ ਉਹ ਲੈ ਕੇ ਜਾਊਗੀ ਜੱਗ ਤੋਂ ਕੁਛ ਹੋਰ ਹੀ। ਸਾਡੀਆਂ ਕੁੜੀਆਂ ਸੀ ਪ੍ਰਾਈਵੇਟ ਚ ਪੜਾਈ ਸੀ, ਪੜਾਉਣ ਵਾਲੇ ਚ ਪੜਾਈਏ, ਤੈਨੂੰ ਦੱਸ ਕੀ ਹੁੰਦਾ, ਤੂੰ ਲਾ ਲਾ ਸਰਕਾਰੀ ਚ। ਹਾਂ ਤੂੰ ਲਾ ਲਾ ਆਪਦਿਆਂ ਨੂੰ, ਤੈ ਕੀ ਫੀਸ ਭਰਨੀ ਆ, ਕਿਤੇ ਤੂੰ ਮੰਗਣ ਜਾਂਦੇ ਆ, ਉਹੀ ਬਸ ਆਪਦੇ ਪੜਾਏ ਨਹੀਂ ਜਾਂਦੇ, ਦੂਜੇ ਦੇ ਚਰੇ ਨਹੀਂ ਜਾਂਦੇ, ਚਰਦੇ ਨਹੀਂ। ਹਾਂ ਸਹੀ ਗੱਲ, ਜੋੜਿਆ ਹੋਇਆ ਤੁਹਾਨੂੰ ਦੇਖਿਆ ਕਿਸੇ ਨੇ? ਚਲ ਕੋਈ ਨਹੀਂ, ਲੋਕਾਂ ਦੀ ਸੋਚ ਹੀ ਹੈ। ਹਾਂ ਨੂੰਹ ਨਾਲ ਆਈ ਮੜਿਕਦੀ ਹੋਣੀ ਘਰੇ, ਤਾਂ ਹੀ ਤਾਂ ਚੰਗੀ ਨਹੀਂ ਲੱਗਦੀ, ਜਵਾਕਾਂ ਪਿੱਛੇ ਮੜਿਕੀ ਜਾਂਦੀ ਹੋਊ। ਲੈ ਦੇਖਾਂਗੇ, ਤੂੰ ਤਾਂ ਜੋੜ ਲੈ ਜਿੰਨਾ ਕੁ ਜੋੜੇਗੀ, ਦੇਖਾਂ ਤੇਰੀ ਸਿੜੀ ਨਾਲ ਬੰਨ ਦੇਣਗੇ ਰੁਪਈਏ, ਚਾਰੇ ਗੁੱਠਾਂ ਤੇ ਬਣਾ ਕੇ ਲੈ ਜਾਈਂ ਗੱਠੜੀਆਂ।
ਆਈ ਜਾਵੇਗੀ ਖਾਲੀ ਹੱਥ, ਜਿਹੜਾ ਕਰ ਲਏਗੀ ਉਹੀ ਚੰਗਾ ਹੈ। ਕੁਛ ਨਹੀਂ ਜਾਂਦਾ ਨਾਲ ਤਾਂ, ਮੋਹ ਪਿਆਰੀ ਰਹੂਗਾ ਨਾਲ ਤਾਂ, ਬਸ ਰੱਬ ਦਾ ਨਾ ਹੀ ਹੈ, ਭੌਂਕੀ ਜਾਵੇ। ਜੇ ਚੰਗੇ ਰਹਾਂਗੇ ਕੋਈ ਯਾਦ ਕਰ ਲੂਗਾ, ਨਹੀਂ ਕੋਈ ਯਾਦ ਨਹੀਂ ਕਰਦਾ। ਆ ਲੈ ਜਾ ਪੁੱਤ ਧਰਿਆ। ਬੇਬੇ ਬਾਲਾ ਮੂੰਹ ਜਿਹਾ ਨਾ ਲਾਇਆ ਕਰ। ਨਾ ਮੈਂ ਲਾਉਂਦੀ ਨੀ ਹੁਣ, ਤਾਂ ਹੀ ਤਾਂ ਦੂ ਇੱਕ ਦਿਨ ਆ ਜਾਂਦੀ ਆ। ਆਪਦੇ ਘਰੇ ਤਾਂ ਜੀ ਬਣਦੀ ਨੀ, ਆਪਣੇ ਚ ਵੀ ਕਰਦੇ। ਹੋਰ ਲੜਾਈ ਪਵਾ ਦੂਗੀ। ਕਹੀ ਤਾਂ ਜਾਂਦੇ ਕੰਮ ਨਾ ਕਰਿਆ ਕਰ, ਕੰਮ ਨਾ ਕਰਿਆ ਕਰ। ਸਤਿ ਸ੍ਰੀ ਅਕਾਲ ਚਾਚੀ। ਸਤਿ ਸ੍ਰੀ ਅਕਾਲ। ਹੋਰ ਖੇਤੋਂ ਆਏ? ਹਾਂ ਖੇਤੋਂ ਆਏ। ਅੱਛਾ ਅੱਛਾ। ਰੇ ਮੈਂ ਤੈਨੂੰ ਐ ਕਹਿੰਦੀ ਸੀ, ਤੇਰੀ ਮਾਂ ਸਾਰਾ ਦਿਨ ਮੂਹਰੇ ਮੂਹਰੇ ਫਿਰੀ ਜਾਂਦੀ ਆ ਕੰਮ ਧੰਦਾ ਕਰਦੀ, ਤੇਰਾ ਨੀ ਕੋਈ ਸਾਖ ਸੂਖ ਦਾ ਨਾਂ ਲੈਂਦੇ ਹੈਗੇ। ਜਵਾਕ ਨੇ ਤਾਂ ਲਾਡੀ ਦੇ ਸਕੂਲ ਚ ਪੜ੍ਹੀ ਜਾਂਦੇ ਨੇ, ਪ੍ਰਾਈਵੇਟ ਚ ਹੈ, ਸਾਰਾ ਪੈਸਾ ਉੱਥੇ ਵਗ ਜਾਂਦਾ ਲੈ ਸਕੂਲ ਚ, ਸਰਕਾਰੀ ਚ ਲਾ ਦੋ ਤੁਸੀਂ। ਨਾ ਨਾ ਕੋਈ ਨੀ ਚਾਚੀ, ਚੱਲ ਵਧੀਆ ਪੜ੍ਹਾਈ ਹੋ ਜਾਂਦੀ ਜਵਾਕ ਦੀ, ਹੋਰ ਤਾਂ ਕੁਛ ਨੀ। ਵੀ ਮੈਂ ਤਾਂ ਕਿਹਾ ਸੀ ਤੇਰੀ ਮਾਂ ਨੂੰ, ਮਾਂ ਸਰਕਾਰੀ ਚ ਲਾ ਦੋ, ਬਥੇਰੀਆਂ ਸਹੂਲਤਾਂ ਆਉਣੀਆਂ ਨੇ, ਕੁੜੀਆਂ ਨੇ ਬਗਾਨਾ ਤਾਂ ਨਾ ਪੜ੍ਹ ਕੇ ਆਪਦੇ ਥਾਂ ਟਿਕਾਣੇ ਜਾਣਗੀਆਂ, ਚੱਲ ਜਿਹੀ ਜੀ ਕਿਸਮਤ ਚ ਇਹਨਾਂ ਦੇ। ਆਹੋ ਚੱਲ ਆਪਾਂ ਤਾਂ ਫਿਰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ, ਉਹ ਤਾਂ ਜਿਹੋ ਜਿਹੀ ਕਿਸਮਤ ਹੋ ਚੱਲ ਬਣ ਜੂ। ਮਾਂ ਚੱਲ ਤੇਰਾ ਵੀ ਵਿਆਹ ਵੂ ਹੋ ਜਾਂਦਾ, ਨਹੀਂ ਸਾਰਾ ਕੁਛ ਉਸੇ ਤੇ ਲਾਈ ਜਾਂਦਾ। ਨਾ ਨਾ ਚੱਲ ਕੋਈ ਨੀ ਚਾਚੀ, ਸਾਡਾ ਤਾਂ ਕੋਈ ਫਰਕ ਨੀ ਹੈਗਾ, ਮੈਂ ਤਾਂ ਹਜੇ ਆਪ ਹੀ ਨੀ ਕਰਾਉਂਦਾ, ਸਾਗ ਨੂੰ ਤਾਂ ਕਹਿੰਦੇ ਨੇ ਤਾਂ ਕਰਾਉਂਦਾ। ਵੇ ਕਰਾ ਲੈ ਵਧੀਆ ਰਹੇਗਾ। ਉਹ ਚੱਲ ਮਹਾ ਕਿਹੜਾ ਬਾਹਲੇ ਮਰੱਬੇ ਨੇ, ਵੇ ਕਿਸੇ ਨੇ ਨੀ ਰੋਟੀ ਦੇਣੀ, ਹਜੇ ਹਜੇ ਲੱਗਦਾ ਹਜੇ ਤੂੰ ਕੰਮ ਕਰਦਾ ਹੈ। ਚੱਲ ਕੋਈ ਨੀ ਦੇਖਾਂਗੇ ਚਾਚੀ ਫਿਰ ਕਿਵੇਂ ਬਣੂ। ਹਾਂ ਚੰਗਾ ਭਾਈ, ਠੀਕ ਹੈ ਲੈ ਪੀ, ਉਹੀ ਪਾਣੀ ਚ ਮਧਾਣੀ ਪਾ ਕੇ ਖੜ ਗਈ। ਬਾਣੀ ਤੇਰੇ ਚਾਚੀ, ਸਾਡੇ ਜਵਾਕ ਅਸੀਂ ਪ੍ਰਾਈਵੇਟ ਪੜ੍ਹਾਈਏ ਚਾਹੇ ਸਰਕਾਰੀ ਪੜ੍ਹਾਈਏ। ਹਾਂ ਬੇਬੇ ਆ ਗਿਆ। ਕਣਕ ਲਾਈਟ ਹੀ ਨੀ ਆਈ, ਹੁਣ ਹੱਥ ਨੀ ਛੱਡਣਗੇ ਮੈਨੂੰ ਲੱਗਦਾ, ਕਿ ਲਾਸਟ ਦਿਨ ਟੀਕਾ ਵਾਰੀ ਦਿਨ ਦੀ ਸੀ। ਅੱਛਾ, ਕੋਈ ਫਲਟ ਫੁਲਟ ਪੈ ਗਿਆ ਹੋਊਗਾ। ਆਈ ਕਰਦੇ ਨੇ ਲਾਈਟ ਵਾਲੇ ਤੇ ਜਾ। ਹੋਰ ਤਾਂ ਹੀ ਮੈਨੂੰ ਟਾਈਮ ਲੱਗ ਗਿਆ ਵਾਲਾ, ਕੱਖ ਪਾਤੀ ਸੀ। ਹਾਂ ਪਾਤੇ ਸੀ ਕੱਖ ਤਾਂ। ਹੋਰ ਤੜਕੇ ਮੈਂ ਸੁਨੇਹਾ ਵਾ ਗਿਆ, ਉਹ ਮੈਨੂੰ ਮੁੰਡੇ ਨੇ ਫੋਨ ਕਰਤਾ ਕਹਿੰਦਾ ਲਾਈਟ ਆ ਰਹੀ ਹੈ, ਤੜਕੇ ਆ ਗਈ ਸੀ ਮਾੜਾ ਇੱਧਰ, ਘੰਟਾ ਕੁ ਚੱਲੀ ਹੈ। ਚੱਲ ਕੋਈ ਨੀ ਸੰਨੀ ਕਰ ਲਾਤੀ ਤੀ ਜਸਪ੍ਰੀਤ ਨੇ। ਹਾਂ ਚੱਲ ਕੋਈ ਨੀ, ਨਹੀਂ ਤਾਂ ਮੈਂ ਆ ਜਾਣਾ ਕੱਖ ਪਾਉਣ। ਆਹੋ ਚੱਲ ਕੋਈ ਨੀ, ਮੈਂ ਲਾਈਟ ਡੀਕਿੰਗ ਆ। ਹੋਰ ਚਾਹ ਚੂ ਪੀ ਲਈ? ਹਾਂ ਪੀ ਲਈ ਚਾਹ, ਸੀ ਤਾਂ ਤੈਨੂੰ ਕਰ ਦਿੰਦਾ ਜੇ ਪੀਣੀ ਆ। ਕੋਈ ਨੀ ਚੱਲ, ਮੈਂ ਤਾਂ ਉੱਥੇ ਬਣਾ ਕੇ ਪੀ ਲਈ ਸੀ। ਪੀ ਲਈ ਸੀ? ਹੂੰ। ਜਵਾਕ ਜੇ ਆ ਗਏ? ਹੋਰ ਆ ਗਏ ਸਕੂਲੋਂ ਤਾਂ। ਅੱਛਾ ਚਾਚੀ ਆਈ ਸੀ? ਹਾਂ ਆਈ ਸੀ। ਕੀ ਕਹਿੰਦੀ ਤੀ? ਕੁਛ ਨੀ, ਆਈ ਕਰਦੀ ਤੀ ਅਗੇ ਜਵਾਕਾਂ ਨੂੰ ਪ੍ਰਾਈਵੇਟ ਚ ਕਿਉਂ ਪੜਾਉਨੇ ਹੋ, ਆਹੋ ਪੈਸਾ ਲਾਉਨੇ ਹੋ ਐਵੇਂ, ਹੂੰ ਸਰਕਾਰੀ ਚਲਾ ਦਿਓ, ਐ ਕਰ ਦਿਓ, ਬਾਹ ਕਰ ਦਿਓ। ਹਾਂ ਤਾਂ ਹੋਰ ਮੈਨੂੰ ਵੀ ਇਹ ਕਹੀ ਸੀ ਵਾਰ ਚ। ਹੋਰ ਤੂੰ ਕੰਮ ਨਾ ਕਰਿਆ ਕਰ, ਮੈਂ ਵਿਹਲੀ ਆ, ਤੂੰ ਕੰਮ ਕਰਦੀ ਆ ਮੂਰੇ ਮੂਰੇ। ਮੈਂ ਕਿਹਾ ਭਾਈ ਕਰਨਾ ਲੱਗਦਾ ਹੁਣ ਕੱਲੀ ਕਰਕੇ। ਉਹੀ ਤਾਂ ਗੱਲ ਐ, ਬਸ ਇਹ ਤਾਂ ਹੀ ਐ, ਅੱਗ ਸੁੱਟ ਕੇ ਜਾਂਦੀ ਹੁੰਦੀ ਐ ਤਾਂ ਫਲੂਗਾ। ਹੋਰ ਐ ਕਰਦੀ ਫਿਰਦੀ। ਪਤਾ ਐ ਮੈਨੂੰ ਇਹਦਾ, ਬਾਲਾ ਇਹਦੀ ਝਾਸੇ ਚ ਨਾ ਆਇਆ ਕਰੋ। ਨਾ ਨਾ ਆਪਾਂ ਤਾਂ ਕਾਹਨੂੰ ਆਉਣੇ ਆ। ਹਾਂ ਲੋੜ ਹੀ ਨਹੀਂ ਬਾਲਾ ਮੂੰਹ ਲਾਉਣ ਦੀ, ਬਸ ਜਦੋਂ ਆਉਂਦੀ ਆ ਮਾੜਾ ਮੋਟਾ ਆਪਦਾ ਕੰਮ ਧੰਦੇ ਨੂੰ ਉੱਠ ਕੇ ਪਰਾਂ ਹੋ ਜੇ। ਹੋਰ ਨਾ ਜੇ ਹੁਣ ਆਉਗੀ ਬਾਲਾ ਬੋਲੂਗੀ ਝਾੜ ਦੇਵੇਂ। ਹਾਂ ਝਾੜ ਦੇ ਭਾਈ, ਗੱਲ ਕਰਨੀ ਕੋਈ ਕੰਮ ਦੀ ਕਰ ਲੈ, ਸਾਡੇ ਘਰੇ ਫਰਕ ਪਵਾਉਣ ਦੀ ਲੋੜ ਨਹੀਂ। ਹਾਂ ਐ ਕਰ ਝਾੜ ਦੇ। ਨਾ ਜਸਪ੍ਰੀਤ ਵੀ ਕਹਿੰਦੀ ਤੀ, ਕਹਿੰਦੀ ਝਾੜ ਦੇਵੇਂ ਜਦੋਂ ਹੁਣ ਆਈ। ਹੋਰ ਹੁਣ ਐ ਨਹੀਂ ਫਿਰੇ ਲੋਟ ਆਉਂਦੀ। ਮੈਨੂੰ ਵੀ ਕਹਿੰਦੀ ਤੀ, ਕਹਿੰਦੀ ਤੇਰੇ ਸਾਕ ਦਾ ਕਹਿੰਦੀ ਕਿ ਜਵਾਕ ਪ੍ਰਾਈਵੇਟ ਪੜ੍ਹਦੇ ਨੇ, ਐਵੇਂ ਖਪੀ ਜਾਂਦੇ ਤੂੰ।
ਲਾਡੀ ਦੀਆਂ ਕੁੜੀਆਂ ਨੇ ਅੱਛਾ ਕਮਾਈਆਂ ਨੇ ਸਾਰੇ ਸਕੂਲ ਚ ਜਾਈ ਜਾਂਦੇ ਨੇ ਫਲਾਨਾ ਜਾਈ ਜਾਂਦੇ ਨੇ ਲੈ ਚਾਚੂ ਕੋਲ ਬਹਿ ਜਾ ਤੂੰ ਜੋੜ ਦੇ ਕੰਨ ਲੈ ਜਾ ਤਾਜੂ ਓਏ ਆ ਤੂੰ ਲੈ ਜੀ ਬਾਈ ਮਹਾਂ ਨਾਲ ਕਾਠੜੀਆਂ ਬੰਨ ਕੇ ਹਨਾ ਨਹੀਂ ਤਾਜੂ ਸਾਨੂੰ ਤਾਂ ਬਈ ਜਵਾਕਾਂ ਤੋਂ ਹੀ ਵੱਧ ਪਿਆਰੀਆਂ ਨੇ ਮੁੰਡਿਆਂ ਤੋਂ ਹੋਰ ਬਸ ਅਸੀਂ ਕਰਦਾ ਹੁੰਦਾ ਜਿਹਦੀ ਆਪਦੀ ਨਾ ਬਣੇ ਨਾ ਘਰੇ ਹਾਂ ਦੂਜੇ ਦਾ ਚੰਗਾ ਨਹੀਂ ਲੱਗਦਾ ਹੁੰਦਾ ਮੇਲ ਮਿਲਾਪ ਦਾ ਇਹੀ ਤਾਂ ਰੌਲਾ ਟਿਊਸ਼ਨ ਤੇ ਜਾਣਾ ਹੋਊ ਇਹਨਾਂ ਨੇ ਹੁਣ ਹਾਂ ਬਈ ਹਾਂ ਜਾਊਗੀ ਟਿਊਸ਼ਨ ਬਸ ਕਰ ਲੈ ਅੰਦਰ ਬਣੇ ਅੰਦਰ ਪਾ ਲਾ ਪੁੱਤ ਅਸੀਂ ਕਰਦੀ ਇਹ ਤਾਂ ਪਾਣੀ ਦੀ ਘੁੱਟ ਪੀ ਲਈ ਪੁੱਤ ਟੋਕਾ ਕਰਦੇ ਮੈਂ ਕਿਹਾ ਟੋਕਾ ਰਹਿੰਦਾ ਕੁੱਟਣ ਵਾਲਾ ਹਾਂ ਟੋਕਾ ਕਰਦਾ ਹਾਂ ਟੋਕਾ ਕਰ ਦਿੰਦਾ ਦੀ ਮੈਂ ਕਿਹਾ ਹਰਾ ਦਾ ਨੀਰ ਲਾਇਆ ਹੁਣ ਰਲਾ ਦੇਣਾ ਚੱਲ ਕੋਈ ਨੀ ਕੁੱਟ ਲਿਆ ਰਲਾ ਦੇ ਚੱਬੀ ਪੱਕ ਜੇ ਨਹੀਂ ਜਸਪ੍ਰੀਤ ਲਿਆ ਪੁੱਤ ਲਸਣ ਗੰਢਾ ਦੇ ਤੇ ਕੋਈ ਦਾਲ ਖਾ ਦੀ ਧਰੇਂਗੀ ਚੱਲ ਕੋਈ ਨੀ ਬੇਬੇ ਮੈਂ ਕਰ ਲੂੰਗੀ ਕੋਈ ਨੀ ਮੈਂ ਛਿੱਲੇ ਦਿੰਦੀ ਆ ਤੂੰ ਤਾਜ ਨੂੰ ਕੰਮ ਕਰਾ ਦੇ ਦਮ ਲੈ ਲੈ ਤੂੰ ਵੀ ਕੋਈ ਗੱਲ ਕੋਈ ਨੀ ਦਮੀ ਦਮ ਹੈ ਚੱਲ ਮੈਂ ਲੈ ਉਹਨੇ ਦਾਲ ਕਰਾਂਗੀ ਕਾਦੀ ਆਪਾਂ ਦੇਖ ਲਓ ਕਾਦੀ ਧਰਨੀ ਆ ਸਲਗਮਾਂ ਦੀ ਬਣਾ ਲਓ ਸਲਗਮਲ ਬਣਾ ਲਓ ਸਲਗਮਾਂ ਦੀ ਬਣਾ ਲੈਂਦੇ ਚਲੋ ਦੇਖ ਲਓ ਹਾਂ ਮੇਥੇ ਲਿਆ ਦੀ ਬਾਈ ਫਿਰ ਲਿਆ ਦੂੰਗਾ ਹਾਂ ਵਿੱਚ ਪਾ ਲਾਂਗੇ ਸਵਾਦ ਜੀ ਹੋ ਜਾਂਦੀ ਆ ਆਹੋ ਮੇਥੇ ਤਾਜ ਲਿਆ ਪੁੱਤ ਫਿਰ ਬੈਗ ਤੋਂ ਕਿਤਾਬਾਂ ਕੱਢ ਲੈ ਬਾਲੀ ਸਿਆਣੀ ਆ ਲਿਆ ਕਰਾ ਦੇ ਕੰਮ ਇਹਨੂੰ ਆ ਜਾ ਬਈ ਬਹਿ ਜਾ ਲੈ ਲੈ ਦਮ ਤੂੰ ਬਸ ਕੋਈ ਨਹੀਂ ਦਮ ਤਾਂ ਥੱਕਿਆ ਆਇਆ ਹੁੰਦਾ ਤੂੰ ਵੀ ਟਿਊਸ਼ਨ ਪਾ ਜਾ ਕਰ ਤਾਜ ਹੋਰ ਹੈ ਤਾਜੂ ਟਿਊਸ਼ਨ ਤੇ ਜਾਇਆ ਕਰੇ ਉਹ ਤਾਂ ਇਹ ਤਾਂ ਘਰ ਹੀ ਪੜ ਲੈਂਦੀ ਆ ਵਾਧੂ ਬਾਹ ਜਾ ਕਰੂੰਗੇ ਨਹੀਂ ਮੇਥੇ ਲੈ ਕੇ ਦੇਵਾਂ ਫਿਰ ਹਾਂ ਮੇਥੇ ਲੈ ਕੇ ਦੇ ਮੁੰਨੇ ਚ ਪਾ ਲਾਂਗੇ ਮਾੜੇ ਜੇ ਸਵਾਦ ਜਾ ਜਾਂਦਾ ਹੋਰ ਧਨੀਆਂ ਧੁਨੀਆਂ ਵਾਧੂ ਖੜਾ ਆਪਣੇ ਤਾਂ ਪਾ ਲਿਆ ਕਰੋ ਲੈ ਕਰ ਤੋ ਲੈ ਜਾ ਇਹਦੇ ਨਾਲ ਵੱਢ ਲਿਆਈ ਟੋਕਰੀ ਟੋਕਰੀ ਜਾਣੀ ਲੱਗ ਗਈ ਕੋਈ ਲੈ ਜਾ ਉੱਥੋਂ ਬੋਟੀ ਜੀ ਚੱਕ ਕੇ ਛਾਬਾ ਜਾ ਲੈ ਜਾਣਾ ਛਾਬਾ ਲੈ ਜਾ ਪੈਨਸਲ ਕੱਢੋ ਬੇਟਾ ਹੈ ਨਹੀਂ ਲੈ ਲੈ ਕੇ ਆਉਂਦਾ ਮਸਾਲਾ ਰਗੜੇਂਗੀ ਪੁੱਤ ਕਹੀਂ ਪਾਵੇਂਗੀ ਰਗੜ ਲਾਂਗੇ ਬੇਬੇ ਰਗੜ ਲਾਂਗੇ ਚੱਲ ਫਿਰ ਤਾਂ ਮੋਟੇ ਮੋਟੇ ਚੀਰ ਦੇਣੀ ਆ ਜੇ ਤਾਂ ਰਗੜੇਂਗੀ ਮੇਰੇ ਪੁੱਤ ਤਾਂ ਦਵਾ ਦਵਾ ਕੰਮ ਕਰ ਦਿੰਦਾ ਮੈਂ ਤਾਂ ਮਾਰਦਾ ਹਾਂ ਚੱਲ ਕੰਮ ਹੋ ਗਿਆ ਵਧੀਆ ਹੋ ਗਿਆ ਆ ਵੀ ਪਾ ਲੈ ਕਾਪੀ ਇਹਦੇ ਮਗਰ ਪਈ ਇੱਕ ਆ ਹੋਰ ਰਹਿ ਗਈ ਇੱਕ ਅੱਛਾ ਹੋਰ ਖੇਡ ਲੈ ਤੇ ਚੱਲ ਫਿਰ ਰਗੜਨ ਵਾਲਾ ਮਸਾਲਾ ਪਾ ਲੈ ਬੇਬੇ ਇਹ ਤੁਰਤ ਰਗੜਨਾ ਲੈ ਲੈ ਜਾ ਰਗੜ ਲਈ ਭਾਵਾਂ ਗਰੈਂਡਰ ਕਰਕੇ ਪਾ ਦੀ ਆ ਫੂਸ ਪਰ ਵਾਲ ਜਾਂ ਮੈਂ ਸਿੱਟੇ ਹੋਣੀ ਅੱਜ ਲੈ ਬੇਬੇ ਤੋੜ ਲੈ ਆ ਹੋਰ ਲੈ ਚੱਲ ਚੰਗੀ ਗੱਲ ਆ ਚੰਗਾ ਇਹ ਕਰਦਣ ਵਾਲੀ ਵੱਢ ਲਿਆ ਵਧੀਆ ਫੁੱਟੇ ਆਉਂਦਾ ਫਿਰ ਚੱਲ ਠੀਕ ਆ ਜੇ ਵੱਢ ਲਿਆ ਇਸੇ ਚ ਪਾ ਲੈਣੀ ਆ ਧੋ ਕੇ ਦੇਵਾਂ
ਨਾ ਬਸ ਫੇਰ ਧੋ ਲਾਂਗੇ। ਠੀਕ। ਜਸਪ੍ਰੀਤ ਲਾਡੀ ਨੂੰ ਫੋਨ ਲਾ ਕੇ ਤੇ ਦੇਖ ਲੈ। ਲਾਉਣੀ ਆ ਬੇਬੇ, ਕੱਲ ਟਾਈਮਿੰਗ ਲੱਗਿਆ, ਦੇਖਦੇ ਹੂੰ। ਆ ਗਿਆ ਬਾਈ ਤਾਂ ਆ ਗਿਆ। ਹੋਰ ਚੱਲ, ਵੱਡੀਆਂ ਉਮਰ ਵਾਲਾ ਉਹ ਆਉਂਦਾ। ਆ ਫੋਨ ਨਹੀਂ ਲਾਉਂਦੇ ਤੀ ਹੁਣ, ਇਹ ਤਾਂ ਨਹੀਂ ਦਿਸ ਗਿਆ ਆਉਂਦਾ। ਹੋਰ ਗੱਡੀ ਦੇ ਸਾਨੂੰ ਸੋਚਤੀ, ਮਾ ਕੀ ਪਤਾ ਕਾਇਦਾਂ ਨੂੰ ਖਾਲੀ ਹੋਊਗੀ। ਅੱਖਾਂ ਸੁੱਜ ਰਹੀਆਂ ਨੇ, ਸੁੱਤੇ ਨੀ ਹੋਣਾ। ਕਟਾਈ ਨਾ, ਹੁਣ ਮੇਰੀ ਵੀ ਧਰਨੇ ਤੇ ਜਾਣ ਦੀ ਵਾਰੀ ਆ ਗਈ। ਚੱਲ ਜਾਇਆ ਫਿਰ, ਕੋਈ ਗੱਲ ਨੀ। ਹੋਰ ਮੈਂ ਤੇ ਸੇਵਕ ਦੋਨੀ ਵਗ ਜਾਂਗੇ। ਉਹ ਚਾਚੀ ਦਾ ਮੁੰਡਾ ਜਾਊਗਾ ਸੇਵਕ। ਠੀਕ ਆ ਠੀਕ ਆ, ਦੋਨੀ ਵਗ ਜਾਂਗੇ ਨਾਲ ਸੀਗੇ ਜਨਾਬ। ਚੱਲ ਆਹੋ। ਹੋਰ ਕਣਕ ਕੁਣਕ ਠੀਕ ਹੈ? ਹਾਂ ਕਣਕ ਠੀਕ ਹੈ, ਹੁਣੀ ਪਾਣੀ ਲਾ ਕੇ ਹਟਿਆ ਕਣਕ ਨੂੰ ਤਾਂ, ਕੱਲ ਰਵਾ ਕੇ ਆਇਆ ਸੀ। ਅੱਛਾ ਅੱਛਾ। ਕੱਪੜੇ ਧੋਣ ਵਾਲੇ ਨੇ ਵਿੱਚ ਸਾਰੇ? ਹਾਂ ਧੋਣ ਵਾਲੀ ਹੈ ਸਾਰੇ, ਹੋਰ ਧੋਣ ਵਾਲੇ ਨੇ ਉੱਥੇ। ਕੀ ਇਹ ਕਿੱਥੋਂ ਤਵਾ ਲਿਆ ਵਿਚਾਰਾ, ਆਪੇ ਧੋ ਲਿਆ। ਟਾਈਮ ਹੀ ਲੱਗਿਆ ਧੋਣ ਦਾ। ਪਾਣੀ ਪੂਣੀ ਦਾ ਸਾਧਨ ਹੁੰਦਾ ਜਿੱਥੇ ਧੋ ਲਾਂਦੇ ਨੇ ਉੱਥੇ, ਹੁਣ ਪਾਣੀ ਪੂਣੀ ਦਾ ਨਹੀਂ ਹੁੰਦਾ ਜਿੱਥੇ ਔਖਾ ਹੋ ਜਾਂਦਾ ਬਾਹਰ ਤਾਂ ਫਿਰ ਆਈ। ਚੱਲ ਸੌ ਜਾ, ਹੁਣ ਆਰਾਮ ਕਰ ਲੈ ਫਿਰ। ਹੋਰ ਸੌ ਜਾ। ਚੱਲ ਬਾਈ ਆ ਗਏ, ਹੁਣ ਮੈਂ ਜਾਇਆ ਧਰਨੇ ਤੇ। ਹੋਰ ਤੂੰ ਜਾਇਆ ਪੁੱਤ? ਲੈ ਬੇਬੇ ਫਿਰ ਮੈਂ ਵੀ ਕਰਾਂ ਤਿਆਰੀ। ਹੈਂ ਕਰ ਲੈ ਪੁੱਤ ਫਿਰ। ਹੋਰ ਹੋਰ ਕਰ ਲੈ। ਚੱਲ ਬਾਈ ਆ ਗਿਆ। ਹਾਂ ਹੁਣ ਕੋਈ ਸੋਚ ਨਹੀਂ, ਚੱਲ ਚੰਗੀ ਗੱਲ ਹੈ। ਹੋਰ ਤਕੜੀਆਂ ਭੈਣੇ? ਹਾਂ ਤਕੜੀਆਂ ਭੈਣੇ, ਬਹਿ ਜਾ ਬੈਠੀ। ਹੋਰ ਸੁਣਾ, ਠੀਕ ਹੈ? ਬਸ ਕੁਲਦੀਪ ਧਰਨੇ ਤੇ ਗਿਆ ਨੀ? ਜਾਊਗਾ ਬਸ ਹੁਣ। ਅੱਛਾ, ਸੇਵਕ ਤਾਂ ਵਗ ਗਿਆ? ਵਗ ਗਿਆ ਹਾਂ, ਬਸ ਉਹ ਵੀ ਜਾਂਦਾ। ਵਗ ਗਿਆ ਤੇ ਅੱਡੇ ਤੇ ਤਾਂ? ਹਾਂ ਬਸ ਇਹ ਵੀ ਜਾਊਗਾ ਹੁਣ। ਅੱਛਾ, ਕੱਪੜੇ ਜੇ ਪਾਉਂਦਾ ਅੰਦਰ? ਅੱਛਾ ਹਾਂ, ਬੈਗ 'ਚ ਕੱਪੜੇ ਪਾਉਣਾ ਕਹਿੰਦਾ ਜਾਂਦਾ ਹੈ ਭੈਣੇ। ਹਾਂ ਕੱਲ ਮੇਰੀ ਨੂੰਹ ਨੇ ਫੋਨ ਕਰਿਆ ਸੀ ਜਸਪ੍ਰੀਤ ਨੇ। ਅੱਛਾ, ਕਹਿੰਦੀ ਮੈਂ ਤਾਂ ਸਾਡੀ ਬੁੜੀ ਤੋਂ ਸਾਰਾ ਦਿਨ ਕੰਮ ਕਰਾਉਂਦੀ ਹਾਂ, ਕਹਿੰਦੀ ਤੂੰ ਵੀ ਕਰਾਇਆ ਕਰ। ਹੁਣ ਮੇਰੇ ਵਾਲੀ ਨੂੰਹ ਵੀ ਨਾ ਲਿਚਕੜਿਚੀਆਂ ਕਰਦੀ ਹੈਗੀ, ਕਲੇਸ਼ ਪਵਾਤਾ ਸਾਡੇ ਘਰੇ। ਨਾ ਭੈਣੇ ਛਿੰਦਰੇ, ਇਹ ਗੱਲ ਤਾਂ ਹੋ ਹੀ ਨਹੀਂ ਸਕਦੀ। ਮੈਂ ਹੁਣੀ ਗੱਲ ਕਰਾ ਦਿੰਦੀ ਜਸਪ੍ਰੀਤ ਨਾਲ। ਸਦਾ ਸੱਦ ਲੈ ਜੇ, ਹੈਗੀ ਆ ਉਰੀ। ਉਰੀ ਹੈ ਜਸਪ੍ਰੀਤ? ਆ ਗਈ ਬੇਬੇ। ਉਰੇ ਆ ਪੁੱਤ। ਸਤਿ ਸ਼੍ਰੀ ਅਕਾਲ ਚਾਚੀ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ? ਠੀਕ ਹੈ? ਠੀਕ ਆ। ਨਾ ਤੇਰੀ ਚਾਚੀ ਦੀ ਨੂੰ ਨਾ ਤੇਰੀ ਗੱਲ ਹੋਈ ਹੈ ਕੋਈ? ਹਾਂ ਬੇਬੇ, ਆਇਆ ਸੀ ਕੱਲ ਫੋਨ ਉਸੇ ਦੀ। ਕੀ ਕਿਹਾ ਸੀ ਭਲਾ? ਮੈਂ ਤਾਂ ਕੁਛ ਨਹੀਂ ਕਿਹਾ ਹੈਗਾ, ਕੀ ਗੱਲ ਹੋ ਗਈ? ਇਹ ਕਹਿੰਦੀ ਆ ਕਿ ਮੇਰੀ ਨੂੰਹ ਨੂੰ ਕਹਿੰਦੀ ਹੈ ਕਿ ਮੇਰੀ ਸੱਸ ਤੋਂ ਮੈਂ ਸਾਰਾ ਦਿਨ ਕੰਮ ਕਰਾਉਂਦੀ ਹਾਂ, ਜਸਪ੍ਰੀਤ ਕਹਿੰਦੀ ਹੈ। ਇਹ ਕਹਿੰਦੀ ਸਾਡੇ ਘਰੇ ਲੜਾਈ ਪਵਾਤੀ ਕਿ ਤੇਰੀ ਨੂੰਹ ਨੇ। ਨਹੀਂ ਨਹੀਂ ਚਾਚੀ, ਗੱਲ ਹੋਈ ਜ਼ਰੂਰ ਸੀ। ਮੈਂ ਤਾਂ ਇਹ ਕਿਹਾ ਸੀ ਵੀ ਸਾਡੀ ਮਾਤਾ ਤਾਂ ਵਿਚਾਰੀ ਮੇਰੀ ਮਾਮਾ ਵਰਗੀ ਆ, ਸਾਰਾ ਦਿਨ ਮੇਰੇ ਨਾਲ ਆਪ ਹੀ ਕੰਮ ਕਰਾਉਂਦੀ ਹੈ, ਵੀ ਹਰੇਕ ਕੰਮ 'ਚ ਮੇਰਾ ਹੱਥ ਵਟਾਉਂਦੀ ਆ। ਮੈਂ ਹੋਰ ਕੁਛ ਨਹੀਂ ਕਿਹਾ ਉਹਨੂੰ। ਹੈ ਭੈਣੇ, ਤੂੰ ਹੀ ਲੜਾਈ ਪਵਾਈਆਂ ਨੇ ਸਾਡੇ ਘਰੇ। ਤੂੰ ਮੈਨੂੰ ਐਂ ਦੱਸ, ਮੈਂ ਤੁਹਾਡੇ ਲੜਾਈ ਪਵਾ ਕੇ ਕਿਹੜਾ ਮਰਵਾਤਾ? ਕਿਹੜਾ ਮਰਵਾਤਾ ਲੈ? ਦੀ ਗੱਲ ਨਹੀਂ ਹੈਗੀ ਚਾਚੀ, ਸਾਡੇ ਘਰੇ ਵੱਧ ਘੱਟ ਗੱਲ ਕਰਨ ਦੀ ਲੋੜ ਨਹੀਂ ਹੈਗੀ, ਠੀਕ ਆ? ਆਪਦਾ ਮਤਲਬ ਦੀ ਗੱਲ ਕਰਿਆ ਕਰ। ਤੂੰ ਕਿਹੜੇ ਬਾੜੀਏ ਬੋਲਣ ਲੱਗ ਗਈ ਲੈ?
ਨਾ ਅਸੀਂ ਤਾਂ ਭੈਣੇ ਘਰੇ ਆਈ ਦੀ ਤੇਰੀ ਇੱਜ਼ਤ ਕਰਦੇ ਆ, ਤੂੰ ਸਿਰੇ ਸਿਰ ਚੜੀ ਜਾਨੀ ਆ, ਰੋਜ਼ ਘਾਟੇ ਵਾਧੇ ਲਾ ਕੇ ਜਾਨੀ ਆ, ਅੱਜ ਤਾਂ ਉਦੋਂ ਵੀ ਜਾਦੇ ਲਾਤੇ, ਬਹਿ ਜਾ ਤੂੰ ਨੀਚਲੀ, ਅੱਜ ਉਦੋਂ ਵੀ ਜਾਦੇ ਲਾਤੇ, ਲਾਉਂਦੀ ਤਾਂ ਹੈਗੀਆਂ ਰੋਜ਼ ਲਾਉਣੀ ਆ। ਚਾਚੀ ਅਸੀਂ ਤੈਨੂੰ ਕੀ ਕਿਹਾ ਸੀਗਾ? ਕੀ ਕਹਿਣਾ ਸੀ ਤਾਂ ਤੂੰ ਕੀ ਕਹੇਂਗੀ ਮੈਨੂੰ? 20 ਵਰਦੀਆਂ ਨੇ ਸਾਰੇ ਵਰਗੀਆਂ, ਉਹ ਤਾਂ ਨਹੀਂ ਫੜ ਕੇ ਕੜੀ ਵੇੜੇ ਚ ਆਇਆ ਕਿਵੇਂ ਕੜੀ ਛੁਦੇਂਗੀ ਮੈਨੂੰ? ਖੜ ਜਾ ਖੜ ਜਾ, ਤੂੰ ਐ ਨਹੀਂ ਲੋਟ ਹੁੰਦੀ, ਖੜ ਜਾ ਨਹੀਂ ਤੂੰ ਭਾਰਤੀ ਦੀ, ਖੜ ਜਾ ਭਾਰਤੀ ਦੀ, ਖੜ ਜਾ ਖੜ ਜਾ, ਖੜ ਜਾ ਖੜ ਜਾ ਖੜ ਜਾ, ਐ ਨਹੀਂ ਲੋਟ ਹੁੰਦੀ ਇਹ। ਕਮਾਲ ਕਰੀ ਜਾਂਦੀ ਹੈਗੀ, ਲਾ ਲੈਣ ਦੇ ਦੋ ਚੱਪਲੀਆਂ ਆਪਣੇ ਘਰ ਚ, ਉਹ ਤਾਂ ਮੈਨੂੰ ਪਤਾ ਸੀ ਵੀ ਇੱਕ ਦਿਨ ਹੋਣੀ ਹੈ, ਚੱਲ ਕੋਈ ਨਹੀਂ। ਲੜਾਈ ਦੀਆਂ ਗੱਲਾਂ ਕਰਾਉਂਦੀ ਆ ਰੋਜ਼, ਵੀ ਨੂੰਹਾਂ ਸੱਸਾਂ ਨੇ ਇਹਨਾਂ ਦੀ ਕਾਤੋਂ ਬਣਦੀ ਆ, ਹੁਣ ਨਹੀਂ ਆਉਂਦੀ ਆਪਣੇ ਇਹ। ਮੈਂ ਵੀ ਐਂ ਆਖਿਆ ਸੀ, ਮੈਂ ਕਿਹਾ ਛਤਰੋਲ ਕਰਾਈ ਵੀ ਨਾ ਜਾਂਦੀ ਨੀ, ਬਿੰਦੇ ਬਿੰਦੇ ਨੀ ਆਈ ਜਾਂਦੀ। ਉਹੀ ਤਾਂ ਗੱਲ, ਅੱਜ ਤਾਂ ਇਹ ਐਂ ਕਹਿੰਦੀ ਵੀ ਜਸਪ੍ਰੀਤ ਨੇ ਆਏ ਫੋਨ ਕਰਿਆ ਮੇਰੀ ਨੂੰਹ ਨੂੰ, ਕੱਲ ਕੁਛ ਹੋਰ ਕਹੂਗੀ, ਇਹ ਕੋਈ ਵੱਡੀ ਗੱਲ ਜੋੜ ਦੂਗੀ। ਸੱਚੀ ਆ ਗੱਲ, ਫਿਰ ਬਸ ਹੁਣ ਇਹਨੂੰ ਪੜਨ ਨੀ ਦੇਣਾ, ਜੋਲੀ ਨੀ ਚੜਨ ਦੇਣਾ, ਹੁਣ ਆਪ ਹੀ ਨਹੀਂ ਆਉਂਦੀ ਇਹ, ਲੋੜੀ ਨੇ ਇਹ ਜਿਹੇ ਬੰਦੇ ਨਾਲ, ਨਾ ਉਹ ਨਾ ਜਾਓ ਬਸ, ਜੇ ਅਣ ਖਾਊਗੀ ਹੁਣ ਨਹੀਂ ਆਉਂਦੀ ਆਪਣੇ ਘਰੇ, ਬਾਹਰ ਗਈ ਨੂੰ ਬੁਲਾਊਗੀ ਵੀ ਬੋਲੀ ਨਾ, ਨਾ ਬੁਲਾਊਗੀ ਕਾਹਨੂੰ, ਮੈਨੂੰ ਹੁਣ ਨੀ ਬੁਲਾਉਂਦੀ ਇਹ, ਦੇਖਦੀ ਤਾਂ ਜਾਈ ਡਰ ਗਈ ਅੱਜ ਤਾਂ, ਇਹਦਾ ਬਾਈ ਨੂੰ ਨੀ ਪਤਾ ਲੱਗਿਆ ਸੁੱਤਾ ਪਿਆ, ਹੋਰ ਇਹਦਾ ਉਹਨੂੰ ਨੀ ਪਤਾ ਲੱਗਿਆ ਲਾਡੀ ਨੂੰ, ਨਹੀਂ ਉਹ ਤਾਂ ਆਪ ਗਰਮ ਹੋ ਜਾਂਦਾ, ਹੋਰ ਉਹ ਤਾਂ ਬਾਲਾ ਗਰਮ ਹੋ ਜਾਂਦਾ, ਘਰੇ ਪਹੁੰਚ ਜਾਂਦਾ, ਉਹ ਮੋੜਿਆ ਵੀ ਨਹੀਂ ਮੁੜਦਾ ਸੀ, ਘਰੇ ਪਹੁੰਚ ਨਹੀਂ ਲੱਗ ਗਿਆ ਤਾਂ ਹੀ ਨਹੀਂ ਪਤਾ, ਫੜ ਕੇ ਗੋਤ ਨਹੀਂ ਘੁਮਾਈ ਦਿੰਦਾ ਉਹਨੂੰ, ਉਹਨੂੰ ਆਏ ਨਹੀਂ ਪਤਾ ਵੀ ਇਹਨਾਂ ਦਾ ਸੱਸ ਨੂੰਹਾਂ ਦਾ ਕਿੰਨਾ ਪਿਆਰ ਹੈਗਾ, ਹਾਂ ਵੀ ਕਿੰਨਾ ਪਿਆਰ ਹੈ, ਮੈਂ ਤਾਂ ਮੇਰੀ ਨੂੰਹ ਨਾਲ ਵੀ ਨਹੀਂ ਲੜਦੀ, ਹੋਰ ਮੈਂ ਤਾਂ ਇਹੀ ਧੀ ਆ ਇਹੀ ਨੂੰਹਾਂ ਮੇਤਾ, ਆਪਾਂ ਨਹੀਂ ਲੜਨੀਆਂ ਬੇਬੇ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਸਾਂਝੇ ਪਰਿਵਾਰ ਦੇ ਨਾਲ, ਹੁਣ ਵਾਰੀ ਹੈ ਕਮੈਂਟ ਕਰਨ ਵਾਲੇ ਭਰਾਵਾਂ ਦੀ। ਜਸਪਾਲ ਕੌਰ, ਬੇਅੰਤ ਸਿੰਘ, ਸੁਖਵਿੰਦਰ ਸਿੰਘ, ਗੁਰਦਰਸ਼ਨ ਗਿੱਲ, ਸਿਮਰਨ ਸਿੰਘ, ਕਮਲਜੀਤ, ਗੁਰੂਜੀਤ ਸਿੰਘ, ਮਧੂ ਸਵਰਵਾਲ, ਦੇਵਰਾਜ ਜਿੰਦਲ, ਮਨਜੀਤ ਕੌਰ, ਹੈਪੀ ਜੋਸ਼ੀ, ਸਰਬਜੀਤ ਗਿੱਲ, ਦਵਿੰਦਰ ਸਿੰਘ, ਹਰਦੇਵ ਸਿੰਘ, ਜੱਟ ਗਿੱਲ, ਕਰਮਜੀਤ ਢਿਲਵਾਂ ਕਲਾਂ, ਰਜਿੰਦਰ ਕੌਰ, ਜਸਵੀਰ ਕੌਰ, ਹਰਮਨਦੀਪ ਸਿੰਘ, ਪੰਧੌਲ ਗੁਰੂ ਕਾ, ਗੁਰਦੀਪ, ਗੁਰਪ੍ਰੀਤ ਕੌਰ, ਕੁਲਵਿੰਦਰ ਜੀ ਤੇਟਲੀ ਤੋਂ, ਮਨਜੀਤ ਚੌਹਾਨ, ਸਹਿਜ ਗਰੇਵਾਲ, ਪਰਮਿੰਦਰ ਕੌਰ, ਕਿਰਨ ਕਿੰਗਰਾ, ਰੁਕਮਣੀ ਦੇਵੀ, ਨੀਲਮ ਕੌਰ, ਸੰਜੀਵ ਸ਼ਰਮਾ ਮੋਗਾ। ਸਾਰੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ, ਜੁੜੇ ਰਹੋ ਇਸੇ ਤਰ੍ਹਾਂ ਸਾਂਝੇ ਪਰਿਵਾਰ ਦੇ ਨਾਲ, ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ, ਚੈਨਲ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਭਰਾਵਾਂ ਨੇ ਨਹੀਂ ਕੀਤਾ, ਮਿਲਦੇ ਹਾਂ ਅਗਲੀ ਵੀਡੀਓ 'ਚ, ਧੰਨਵਾਦ।